Esse é o Body Body Bobo. Tenho cala, tchachamá, já te dai, sonê, mucrete. Tenho cala, tchachamá, já te dai, sonê, mucrete. Até volta que ele disse que te dá. Um do pelo meu copo de ano, cara, ele disse. Até ano, depois ele é chave de lá. Tem que ter uma pinta, cara, ele tem ano. ਠੀਕ ਹੈ ਜੀ ਤੇ 40 ਰੁਪਏ ਪੇਮੈਂਟ ਮੈਂ ਲਈ ਸੀ ਉਸ ਟਾਈਮ ਤੁਸੀਂ ਭਾਵਕ ਵੀ ਹੋ ਕੇ ਗੱਲਾਂ ਕਰਦੇ ਬੰਦੇ ਨਾ ਅੱਖਾਂ ਭਰੇ ਆਉਂਦੀਆਂ ਵੇਖੋ ਜੀ ਪੁਰਾਣਾ ਸਮਾਂ ਯਾਦ ਕਰਕੇ ਤੁਸੀਂ ਬਾਈ ਜੀ ਹਾਂਜੀ ਕਾਲਾ ਚਸ਼ਮਾ ਦੀ ਗੱਲ ਕੀਤੀ ਸੀ ਸੋ ਉਹ ਗਾਣਾ ਬਾਲੀਵੁੱਡ ਵਿੱਚ ਆਇਆ ਨਾ ਪਹਿਲਾਂ ਆਪਣੇ ਪੰਜਾਬ 'ਚ ਵੀ ਖੂਬ ਧੂਮਾਂ ਮਚਾਈਆਂ ਉਹਨੇ ਸੋ ਉਹ ਬਾਲੀਵੁੱਡ ਵਿੱਚ ਜਿਹੜਾ ਗਾਣਾ ਗਿਆ ਉਹਦਾ ਕਿਵੇਂ ਸਬੱਬ ਬਣਿਆ ਸੀਗਾ ਜੀ ਇਸ ਗਾਣੇ ਪਿੱਛੇ ਕਾਫੀ ਗੱਲਾਂ ਵੀ ਹੋਈਆਂ ਵੀ ਕੁਝ ਬੰਦੇ ਕਹਿੰਦੇ ਸਾਨੂੰ ਕੁਝ ਵੀ ਨਹੀਂ ਮਿਲਿਆ ਜਾਂ ਇਹ ਗੱਲਾਂ ਵੀ ਹੋਈਆਂ ਜੀ ਜਿਵੇਂ ਬਾਈ ਜੀ ਤੁਹਾਨੂੰ ਐਡਾ ਵੱਡਾ ਮੌਕਾ ਮਿਲਿਆ ਸੀ ਹੈਨਾ ਤੁਹਾਨੂੰ ਕਿਤੇ ਨਾ ਕਿਤੇ ਲੱਗਦਾ ਨੇ ਵੀ ਇਹ ਸਾਂਭਿਆ ਨਹੀਂ ਗਿਆ ਬਾਅਦ ਦੇ ਵਿੱਚ ਵੀ ਇੱਕ ਗਾਣਾ ਬਾਲੀਵੁੱਡ ਦੇ ਵਿੱਚ ਆਇਆ ਬਾਅਦ ਦੇ ਵਿੱਚ ਵੀ ਤੁਹਾਡੀ ਜਿੰਨਾ ਇੰਨਾ ਨਾਮ ਬਣ ਗਿਆ ਸੀ ਗਾਣੇ ਨਾਮ ਅਰਸ਼ੀ ਦਾ ਬਾਲੀਵੁੱਡ ਤੱਕ ਨਾਮ ਪਤਾ ਲੱਗ ਗਿਆ ਨਾ ਕੀ ਕਾਰਨ ਰਿਹਾ ਕਿ ਤੁਹਾਡਾ ਦੁਬਾਰਾ ਕੋਈ ਗਾਣਾ ਬਾਲੀਵੁੱਡ ਵਿੱਚ ਨਹੀਂ ਸੁਣਨ ਨੂੰ ਮਿਲਿਆ ਜੀ ਕੋਈ ਕਹਿੰਦਾ ਤੂੰ 40 ਲੱਖ ਮੰਗ ਕੋਈ ਕਹਿੰਦਾ 1 ਲੱਖ ਮੰਗ ਅੱਛਾ ਜੀ ਤੁਸੀਂ 3 ਕੁਆਲਿਟੀਜ਼ ਦੱਸਣੀਆਂ 5 ਤਾਂ ਜਾ ਰਹੇ 3 ਦੱਸੋ ਵੀ ਕਿਹੜੀਆਂ ਤੁਹਾਨੂੰ ਵਧੀਆ ਲੱਗਦੀਆਂ ਇਹਨਾਂ 'ਚ ਸਤਿ ਸ਼੍ਰੀ ਅਕਾਲ ਜੀ ਮੈਂ ਜਗਮੀਤ ਬਰਾੜ ਜੋ ਕਰਦਾ ਸਭ ਦਾ ਦਿਲੋਂ ਸਤਿਕਾਰ ਅਤੇ ਬੋਲੀ ਹੌਲੀ ਬਾਬਾ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਕਹਿੰਦਾ ਵੈਲਕਮ ਜਨਾਬ ਦੋਸਤੋ ਸਾਰਿਆਂ ਨੇ ਮੇਰਾ ਤਾਂ ਇੱਕ ਗਾਣਾ ਸੁਣਿਆ ਹੋਣਾ ਕਾਲਾ ਚਸ਼ਮਾ ਜਚਦਾ ਹੈ ਗੋਰੇ ਮੁਖੜੇ 'ਤੇ ਸੋ ਇਹ ਗਾਣਾ ਤੁਹਾਨੂੰ ਸੁਣ ਕੇ ਪਤਾ ਲੱਗਿਆ ਬਾਈ ਅਮਰ ਅਰਸ਼ੀ ਹੋਰਾਂ ਦਾ ਗਾਣਾ ਸੀ ਬਾਲੀਵੁੱਡ ਤੱਕ ਬਾਈ ਦਾ ਨਾਮ ਆ ਸੋ ਇਹਨਾਂ ਨਾਲ ਅਸੀਂ ਅੱਜ ਤੁਹਾਡੀ ਮੁਲਾਕਾਤ ਕਰਾ ਰਹੇ ਹਾਂ ਸੋ ਆਪਾਂ ਇਹਨਾਂ ਪੂਰੇ ਵਿਸਤਾਰ 'ਚ ਇਹਨਾਂ ਦੀ ਫੈਮਿਲੀ ਬਾਰੇ ਇਹਨਾਂ ਦੇ ਕਰੀਅਰ ਬਾਰੇ ਸੰਘਰਸ਼ ਬਾਰੇ ਗੱਲਬਾਤ ਕਰਾਂਗੇ ਅਤੇ ਸਾਡੇ ਨਾਲ ਭੈਣ ਬੀਬਾ ਨਰਿੰਦਰ ਜੋਤ ਜੀ ਵੀ ਉਹਨਾਂ ਨਾਲ ਵੀ ਆਪਾਂ ਖੂਬ ਸਾਰੀਆਂ ਗੱਲਾਂ ਬਾਤਾਂ ਕਰਾਂਗੇ ਇਹਨਾਂ ਦੇ ਆਪਾਂ ਪੁੱਛਾਂਗੇ ਕਿਸ ਤਰ੍ਹਾਂ ਇਹਨਾਂ ਦਾ ਮੇਲ ਹੋਇਆ ਸੀ ਕਿਸ ਤਰ੍ਹਾਂ ਇੰਨਾ ਲੰਬਾ ਸਮਾਂ ਹੋ ਗਿਆ ਗਾ ਰਹੇ ਅਤੇ ਸਰੋਤੇ ਅੱਜ ਵੀ ਉਹਨਾਂ ਇਹਨਾਂ ਨੂੰ ਪਸੰਦ ਕਰਦੇ ਆ ਬਾਈ ਜੀ ਸਭ ਤੋਂ ਪਹਿਲਾਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਾਡੇ ਚੈਨਲ 'ਚ ਅਤੇ ਮੇਰੇ ਵੱਲੋਂ ਪਹਿਲਾਂ ਜਗਮੀਤ ਬਰਾੜ ਜੀ ਤੁਹਾਨੂੰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਭੈਣ ਸਤਿ ਸ਼੍ਰੀ ਅਕਾਲ ਅਤੇ ਬੋਲੀ ਹੌਲੀ ਬਾਬਾ ਚੈਨਲ ਦੇ ਰਹੇ ਸਰੋਤਿਆਂ ਨੂੰ ਅਮਰ ਅਰਸ਼ੀ ਵੱਲੋਂ ਨਰਿੰਦਰ ਜੋਤ ਵੱਲੋਂ ਸਤਿ ਸ਼੍ਰੀ ਅਕਾਲ ਬਹੁਤ ਬਹੁਤ ਸਵਾਗਤ ਹੈ ਜੀ ਸਾਡੇ ਚੈਨਲ 'ਚ ਮੈਨੂੰ ਲੱਗਦਾ ਵੀ ਸਾਰੇ ਸਰੋਤੇ ਬਹੁਤ ਖੁਸ਼ ਹੋਣੇ ਆ ਬਾਈ ਜੀ ਸਭ ਤੋਂ ਪਹਿਲਾਂ ਅਸੀਂ ਤੁਹਾਡੇ ਸੰਘਰਸ਼ ਤੋਂ ਹੀ ਸ਼ੁਰੂ ਕਰਦੇ ਹਾਂ ਨਾ ਕਿਉਂਕਿ ਤੁਹਾਡੇ ਬਾਰੇ ਬਹੁਤ ਸੁਣਿਆ ਬਟ ਬਹੁਤ ਸਾਡੇ ਸਰੋਤੇ ਜਿਹੜੇ ਤੁਹਾਡੇ ਬਾਰੇ ਜਾਣਨਾ ਚਾਹੁੰਦੇ ਆ ਕਿ ਕਿਸ ਤਰ੍ਹਾਂ ਤੁਸੀਂ ਇਹ ਸਿੰਗਿੰਗ ਦੀ ਲਾਈਨ ਦੇ ਵਿੱਚ ਕਿੰਨਾ ਕੁ ਸੰਘਰਸ਼ ਕਰਨਾ ਪਿਆ ਜੀ ਸੰਘਰਸ਼ ਤਾਂ ਬਹੁਤ ਜ਼ਿਆਦਾ ਕਰਨਾ ਪਿਆ ਜੀ ਮੈਨੂੰ ਕਿਉਂਕਿ ਮੈਂ ਸ਼ੁਰੂ ਤੋਂ ਲੁਧਿਆਣੇ ਰਿਹਾ ਅੱਛਾ 1985 ਦੇ ਵਿੱਚ ਮੈਂ ਲੁਧਿਆਣੇ ਆ ਗਿਆ ਸੀਗਾ ਜੀ ਠੀਕ ਹੈ ਘਰੋਂ ਤੋਂ ਬਹੁਤ ਮੈਂ ਜ਼ਿਆਦਾ ਗਰੀਬ ਸੀ ਮੈਂ ਗੱਪਾਂ ਮਾਰਨ ਜੀ ਹਾਂ ਸਹੀ ਗੱਲ ਦੱਸੀ ਮੈਂ 1985 ਦੇ ਵਿੱਚ ਲੁਧਿਆਣੇ ਆ ਗਿਆ ਜੀ ਅੱਛਾ ਜੀ ਅਤੇ ਮੇਰੀ ਤਾਂ ਸੀ ਜੀ ਉਸ ਵੇਲੇ ਉਸਤਾਦ ਅਮਰ ਸਿੰਘ ਚਮਕੀਲਾ ਜਿੱਦਾਂ ਉਹਨਾਂ ਦੀ ਬੜੀ ਚੜ੍ਹਾਈ ਸੀ ਅੱਛਾ ਜੀ ਅਤੇ ਮੈਂ ਘਰੋਂ ਤੱਕ ਕੇ ਆਇਆ ਸੀ ਵੀ ਮੈਂ ਉਹਨਾਂ ਦੇ ਕੋਲੇ ਜਾਣਾ ਠੀਕ ਹੈ ਜੀ ਘਰੋਂ ਤੱਕ ਕੇ ਆਇਆ ਸਾਂ ਮੈਂ ਉਹਨਾਂ ਦੇ ਦਫ਼ਤਰਾਂ ਮੂਹਰੇ ਆ ਕੇ ਗੇੜੇ ਕੱਢੀ ਜਾਵਾਂ ਜੀ ਅੱਛਾ ਜੀ ਅਤੇ ਬੜਾ ਸੰਗਾ ਮੈਂ ਹੁਣ ਕਿੱਦਾਂ ਦਫ਼ਤਰ ਦੇ ਵਿੱਚ ਬੜਾ ਉਹਨਾਂ ਦੇ ਅੱਛਾ ਜੀ ਦਫ਼ਤਰ ਹੁੰਦਾ ਉੱਤੇ ਸਾਰੇ ਕਲਾਕਾਰਾਂ ਦੇ ਉੱਤੇ ਦਫ਼ਤਰ ਸੀਗੇ ਠੀਕ ਹੈ ਜੀ ਕਿ ਕਲਾਕਾਰਾਂ ਦੀ ਮੰਡੀ ਸੀਗੀ ਹਾਂਜੀ ਹਾਂਜੀ ਕਰਦੇ ਕਰਾਉਂਦੇ ਨਾ ਫਿਰ ਇੱਕ ਮੁੰਡਾ ਉੱਤੇ ਆਫਿਸਰ ਸਾਹਮਣੇ ਨਾ ਬਾਥਰੂਮ ਵੇਚਦਾ ਸੀ ਅੱਛਾ ਜੀ ਫੱਟਾ ਲੱਗਾ ਬਰਫ਼ ਦਾ ਪਿੰਡਾ ਸਾਰਾ ਡਲਾ ਉੱਤੇ ਰੱਖਿਆ ਹੋਇਆ ਸੀ ਅੱਛਾ ਜੀ ਅਤੇ ਮੈਂ ਹੌਲੀ ਹੌਲੀ ਸੰਗਦਾ ਪਹਿਲਾਂ ਤਾਂ ਉਹਦੇ ਕੋਲ ਲੰਘ ਗਿਆ ਅੱਛਾ ਮੈਂ ਕਿਹਾ ਯਾਰ ਮੈਂ ਇੱਦਾਂ ਚਮਕੀਲੇ ਦੇ ਨਾਲ ਲੱਗਣਾ ਮੈਂ ਗਿਆ ਠੀਕ ਹੈ ਜੀ ਤੇ ਉਹ ਕਹਿੰਦਾ ਵੀ ਉਹ ਤਾਂ ਸ਼ਗਿਰਦ ਪਾਉਂਦੇ ਨਹੀਂ ਬਹੁਤ ਹਾਂ ਬਹੁਤ ਕਿਉਂਕਿ ਨਾਮ ਬਹੁਤ ਸੀ ਅਤੇ ਲੋਕ ਆਉਂਦੇ ਬਹੁਤ ਸੀ ਆਉਂਦੇ ਬਹੁਤ ਸੀਗੇ ਕਹਿੰਦੇ ਫਿਰ ਵੀ ਜੇ ਮੁੰਡੇ ਕਦੋਂ ਆਉਂਦੇ ਹੁੰਦੇ ਭਰਾਵਾਂ ਤੌਰ 'ਤੇ ਰਹਿੰਦੇ ਉਹਨਾਂ ਕੋਲ ਠੀਕ ਹੈ ਜੀ ਠੀਕ ਹੈ ਓਕੇ ਅਤੇ ਇਸ ਤਰ੍ਹਾਂ ਫਿਰ ਮੈਂ ਉਹਨਾਂ ਨਾਲ ਤਾਂ ਮੇਰੀ ਉਦੋਂ ਨਹੀਂ ਗੱਲ ਬਣੀ ਅੱਛਾ ਜੀ ਫਿਰ ਮੇਰੇ ਭਾਜੀ ਹਰਭਜਨ ਟਾਂਕ ਉਸ ਵੇਲੇ ਲੁਧਿਆਣੇ ਰਹਿੰਦੇ ਕਲੀਆਂ ਦੇ ਬਾਦਸ਼ਾਹ ਹਰਭਜਨ ਟਾਂਕ ਅੱਛਾ ਜੀ ਅਤੇ ਉਹਨਾਂ ਦੇ ਕੋਲ ਮੈਂ ਫਿਰ ਹੌਲੀ ਹੌਲੀ ਪੈਰ ਖਸਕਾਉਂਦਾ ਖਸਕਾਉਂਦਾ ਗਿਆ ਉਸ ਵੇਲੇ ਉਹ ਸਾਈਕਲ ਚਲਾ ਰਿਹਾ ਸੀ ਉੱਤੇ ਅੱਛਾ ਜੀ ਅੱਛਾ ਠੀਕ ਆ ਇੱਕ ਤਾਂ ਸਾਡੇ ਉਸਤਾਦ ਲੋਕਲ ਦੀਪ ਮਾਣਕ ਸੀਗੇ ਨਾ ਹਾਂਜੀ ਹਾਂਜੀ ਉਹਨਾਂ ਦਾ ਨਾਂ ਸੀ ਹਰਭਜਨ ਟਾਂਕ ਠੀਕ ਹੈ ਜੀ ਫਿਰ ਮੈਂ ਹੌਲੀ ਹੌਲੀ ਉਹਨੂੰ ਪੁੱਛਿਆ ਉਹ ਮੈਨੂੰ ਨਹੀਂ ਪਤਾ ਸੀ ਵੀ ਉਹ ਵੀ ਕਲਾਕਾਰ ਹੈ ਜੀ ਅੱਛਾ ਅੱਛਾ ਠੀਕ ਹੈ ਉਹਨੇ ਦੱਸਿਆ ਵੀ ਮੈਂ ਵੀ ਦਦਾ ਮੇਰਾ ਵੋਟ ਲੱਗਿਆ ਅਤੇ ਚਲੋ ਉਹਨਾਂ ਨਾਲ ਮੇਰੀ ਸੈਟ ਹੋ ਗਈ ਜੀ ਉਹ ਮੈਨੂੰ ਆਪਣੇ ਠੀਕ ਹੈ ਜੀ ਬਿਲਕੁਲ ਕਰ ਲੱਗਿਆ ਫਿਰ ਮੈਂ ਉਹਨਾਂ ਕੋਲ ਰਿਹਾ ਜੀ ਘੱਟੋ ਘੱਟ 9-10 ਮਹੀਨੇ ਅੱਛਾ ਜੀ 9-10 ਵਜੇ ਕੋਲ ਮੇਰੀ ਜਿਹੜੀ ਤਾਂ ਸੀਗੀ ਮੇਰਾ ਦਿਲ ਉੱਥੇ ਉਸਤਾਦ ਜੀ ਕੋਲ ਮਿਲਿਆ ਸੀ ਬਈ ਉਹਨਾਂ ਕੋਲੇ ਜਾ ਕੇ ਜਾਣਾ ਨਾ ਕਿਉਂਕਿ ਆਪਾਂ ਨੂੰ ਹੁੰਦਾ ਵੀ ਆਪਾਂ ਟੌਪ ਤੇ ਹੀ ਪਹੁੰਚੀ ਹੈ ਨਾ ਹਾਂਜੀ ਮੇਰੇ ਉਸਤਾਦ ਉਹਨਾਂ ਨੂੰ ਹੀ ਪੜਾਉਣਾ ਉਹਨਾਂ ਨੂੰ ਹੀ ਪੜਾਉਣਾ ਠੀਕ ਹੈ ਚਲੋ ਜੀ ਕਰਦੇ ਕਰਾਉਂਦੇ ਇੱਕ ਦਿਨ ਨਾ ਮੈਂ ਉਹਨਾਂ ਦੇ ਘਰੋਂ ਚੋਰੀ ਆ ਗਿਆ ਅੱਛਾ ਜੀ ਲੁਧਿਆਣੇ ਬੱਸ ਸਟੈਂਡ ਤੇ ਜਿੱਥੇ ਕਲਾਕਾਰਾਂ ਦੇ ਆਫਿਸ ਸੀਗੇ ਠੀਕ ਹੈ ਜੀ ਠੀਕ ਹੈ ਚੋਰੀ ਆ ਗਿਆ ਤਾਂ ਕੁਦਰਤੀ ਮੈਂ ਆ ਗਿਆ ਤਾਂ ਮੈਨੂੰ ਕਿਸੇ ਨੇ ਦੱਸਿਆ ਬਈ ਉਹ ਚਮਕੀਲਾ ਸਾਹਿਬ ਦੀ ਗੱਡੀ ਆ ਮੈਂ ਹਰਭਜਨ ਟਾਂਕ ਦੇ ਕੋਲ ਰਹਿਣਾ
ਠੀਕ ਹੈ ਮੈਂ ਜੀ ਤੁਹਾਡੇ ਨਾਲ ਲੱਗਣਾ ਚਾਹੁੰਦਾ ਲੱਗਣ ਵੀ ਤੁਹਾਡੇ ਨਾਲ ਆਇਆ ਸੀ ਮੈਂ ਕਹਿੰਦਾ ਅੱਛਾ ਜੀ ਤੇ ਕਹਿੰਦੇ ਬਈ ਕੀ ਕਰਦਾ ਹੁੰਦਾ ਤੂੰ ਕੌਣ ਹੈ ਕਹਿੰਦੇ ਜੀ ਅੱਛਾ ਜੀ ਤੇਰੀ ਕਿਹੜੀ ਬਰਾਦਰੀ ਹੈ ਅੱਛਾ ਜੀ ਤੇ ਪੁੱਛਿਆ ਗਿਆ ਉਹਨਾਂ ਨੇ ਗੱਲਬਾਤ ਚੱਲੀ ਤੇ ਉਦੋਂ ਜੀ ਦੀਵਾਲੀ ਸੀ ਦੁੱਖ ਦਾ ਰਹਿੰਦੇ ਸੀਗੇ ਠੀਕ ਹੈ ਜੀ ਦੀਵਾਲੀ ਆਉਣ ਵਾਲੀ ਸੀ ਅੱਛਾ ਜੀ ਤੇ ਮੈਂ ਕਿਹਾ ਮੈਨੂੰ ਕਹਿੰਦੇ ਕੀ ਕੰਮ ਕਰਦਾ ਮੈਂ ਕਿਹਾ ਜੀ ਤਾਂ ਮੈਂ ਰਹਿੰਦਾ ਸੀਗਾ ਤੇ ਕਿਤੇ ਤਾਂ ਬਹੁਤ ਕਿਤੇ ਜੀ ਅੱਛਾ ਅੱਛਾ ਇਸ ਸਾਹਮਣੇ ਜਦੋਂ ਮੈਂ ਉਹਨਾਂ ਨੂੰ ਚਮਕੀਲਾ ਸਾਹਿਬ ਮਿਲਿਆ ਨਾ ਹਾਂਜੀ ਜਦੋਂ ਮੈਂ ਕਿਹਾ ਵੀ ਦਫ਼ਤਰ 'ਚ ਬੈਠੇ ਸੀ ਉਦੋਂ ਪਹਿਲਾਂ ਮੇਰੇ ਕੋਲ ਪਿੰਡ ਜਾਣ ਨੂੰ ਕਰਾਇਆ ਨਹੀਂ ਸੀ ਅੱਛਾ ਜੀ ਤੇ ਉਸ ਟਾਈਮ ਲੁਧਿਆਣੇ ਦੇ ਵਿੱਚ ਰਿਕਸ਼ਾ ਚਲਾਇਆ ਓਹੋ ਰਿਕਸ਼ਾ ਚਲਾ ਕੇ ਘਰ ਜਾਣ ਦਾ ਕਿਰਾਇਆ ਬਣਾ ਰਿਕਸ਼ਾ ਚਲਾਇਆ ਰਿਕਸ਼ਾ ਦੋ ਤਿੰਨ ਦਿਨ ਬਹੁਤ ਵੱਡੀ ਗੱਲ ਆ ਨਾ ਤੇ ਮਤਲਬ ਫਿਰ ਉਹਨਾਂ ਨੇ ਮੈਨੂੰ ਕਿਹਾ ਕੋਈ ਗੱਲ ਨਹੀਂ ਕਹਿੰਦੇ ਹੁਣ ਦੀਵਾਲੀ ਆ ਤੂੰ ਪਿੰਡ ਜਾ ਬਾਅਦ 'ਚ ਮੇਰੇ ਕੋਲ ਆ ਜਾ ਜੀ ਅੱਛਾ ਜਦੋਂ ਆਇਆ ਮੈਂ ਉਹਨਾਂ ਕੋਲ ਉਹਨਾਂ ਨੇ ਮੈਨੂੰ ਫਿਰ ਆਪਣੇ ਕੋਲ ਰੱਖ ਲਿਆ ਜੀ ਠੀਕ ਹੈ ਜੀ ਤੇ ਮੈਂ ਫਿਰ ਕਾਫੀ ਦੇਰ ਦਫ਼ਤਰ ਦੇ ਵਿੱਚ ਸੋਣਾ ਰਾਤ ਨੂੰ ਚੱਟਾ ਸੱਟ ਲੈਣਾ ਸੂਬੇ ਤੇ ਸੌ ਜਾਣਾ ਠੀਕ ਹੈ ਜੀ ਤੇ ਉਸ ਤੋਂ ਬਾਅਦ ਫਿਰ ਉਹਨਾਂ ਨੇ ਖੁਦ ਮੈਨੂੰ ਜੀ ਘੜਾ ਹੁਣ ਵਜਾਉਣਾ ਸਿਖਾ ਲਿਆ ਅੱਛਾ ਜੀ ਕਿਉਂਕਿ ਉਸ ਟਾਈਮ ਕਲਾਕਾਰਾਂ ਦੇ ਕੋਲ ਇੱਕੋ ਤਾਂ ਗੱਡੀ ਹੁੰਦੀ ਜਿਹ 'ਚ ਪ੍ਰੋਗਰਾਮ 'ਤੇ ਜਾਣਾ ਹੁੰਦਾ ਸੀਗਾ ਹਾਂਜੀ ਮੈਂ ਸਰਕਾਰ ਹੁੰਦੀ ਸੀ ਕੋਲ 17-86 ਜੀ ਅੱਛਾ ਜੀ ਤੇ ਉਹਨਾਂ ਨੇ ਖੁਦ ਮੈਨੂੰ ਫਿਰ ਘੜਾ ਵਜਾਉਣਾ ਸਿਖਾ ਲਿਆ ਠੀਕ ਹੈ ਕਿਉਂਕਿ ਉਹਨਾਂ ਨੇ ਮਜੀਸ਼ੀਅਨ ਜਿੰਨੇ ਕੋਈ ਮੁੰਡੇ ਪੁਰਾਣੇ ਸੀਗੇ ਘੜੇ 'ਤੇ ਮੁੰਡਾ ਵੀ ਚੜ੍ਹ ਜਾਂਦਾ ਸੀਗਾ ਉਹ ਪੁਰਾਣਾ ਸੀਗਾ ਅੱਛਾ ਜੀ ਤੇ ਉਹਨੂੰ ਮੈਂ ਕਿਹਾ ਵੀ ਹੁਣ ਇਹ ਮੇਰਾ ਕਹਿੰਦਾ ਵੀ ਹੁਣ ਸਾਹਿਬ ਦਾ ਸ਼ਾਗਿਰਦ ਬਣ ਗਿਆ ਅੱਛਾ ਜੀ ਅਜੇ ਮੈਂ ਤੂੰ ਬਣਾਇਆ ਨਹੀਂ ਸੀ ਤੁਸੀਂ ਭਾਵਕ ਵੀ ਹੋ ਗਏ ਗੱਲਾਂ ਕਰਦੇ ਬੰਦੇ ਨੇ ਨਾ ਅੱਖਾਂ ਭਰਿਆ ਆਉਂਦੀਆਂ ਵੇਖੋ ਜੀ ਪੁਰਾਣਾ ਸਮਾਂ ਯਾਦ ਕਰਕੇ ਹਾਂਜੀ ਹਾਂਜੀ ਤੇ ਉਹਨਾਂ ਨੇ ਮੁੰਡੇ ਨੂੰ ਕਿਹਾ ਵੀ ਹੁਣ ਜਿੱਦਾਂ ਮੈਂ ਥੋੜ੍ਹਾ ਜਿਹਾ ਰਹਿਣ ਲੱਗਾ ਨਾ ਮੇਰੇ ਨਾਲ ਪਿਆਰ ਪੈ ਗਿਆ ਅੱਛਾ ਉਹ ਕਹਿੰਦੇ ਵੀ ਇੱਦਾਂ ਕਰ ਰਿਹਾ ਕਿਉਂਕਿ ਪ੍ਰੋਗਰਾਮ ਬਹੁਤ ਹੁੰਦੇ ਸੀ ਉਹਨਾਂ ਦੇ ਕੋਲ ਅੱਛਾ ਕਹਿੰਦੇ ਵੀ ਅੱਧੇ ਦਿਨ ਇਹ ਮੁੰਡਾ ਜਾਇਆ ਕਰੂ ਉੱਥੇ ਮੈਨੂੰ ਲੁਧਿਆਣੇ 'ਚ ਉਸ ਟਾਈਮ ਪੱਪੀ ਕਹਿੰਦੇ ਸੀ ਅੱਛਾ ਜੀ ਪੱਪੀ ਡਾਂਸ ਮੇਰਾ ਜੀ ਠੀਕ ਹੈ ਜੀ ਤੇ ਅੱਧੇ ਦਿਨ ਤੂੰ ਚੱਲਿਆ ਕਰ ਅੱਧੇ ਦਿਨ ਪੱਪੀ ਚੱਲਿਆ ਕਰੂਗਾ ਅੱਛਾ ਜੀ ਠੀਕ ਹੈ ਜੀ ਉਸ ਤੋਂ ਬਾਅਦ ਉਹ ਮੈਨੂੰ ਕਿਤੇ ਕਿਤੇ ਉਹਨਾਂ ਨੇ ਫਿਰ ਇੱਦਾਂ ਘੜੇ ਦੇ ਲੈ ਜਾਣਾ ਠੀਕ ਹੈ ਜੀ ਤੇ 40 ਰੁਪਈਏ ਪੇਮੈਂਟ ਮਿਲਦੀ ਸੀ ਉਸ ਟਾਈਮ ਅੱਛਾ ਇੱਕ ਪ੍ਰੋਗਰਾਮ ਦੇ ਜਾਣ ਦੀ 40 ਰੁਪਈਏ ਦੀ ਹਾਂਜੀ ਠੀਕ ਹੈ ਜੀ ਘੜੇ ਦੀ ਪੇਮੈਂਟ ਹੁੰਦੀ ਸੀ ਅੱਛਾ ਜੀ ਕਿਉਂਕਿ ਫਿਰ ਮੈਂ ਕੀ ਜੀ ਜਮਾਉ ਕੋ ਨਾ ਘੜੇ ਤੇ ਜਾਂਦਾ ਰਿਹਾ ਅੱਛਾ ਜੀ ਉਸ ਤੋਂ ਬਾਅਦ ਮੁਹੰਮਦ ਸਦੀਕ ਰਜੀਤ ਕੌਰ ਕਲਦੀਪ ਪਾਸਵਲ ਚੜਕੋਵਰ ਠੀਕ ਹੈ ਜੀ ਘੜੀ ਬਹੁਤ ਮਤਲਬ ਹਾਂਜੀ ਇੱਕ ਭਾਜੀ ਇਹ ਵੀ ਗੱਲ ਆ ਕਿ ਆਹਦੇ ਪੁਰਾਣੇ ਸਿੰਗਰ ਜਦੋਂ ਵੀ ਸ਼ਗਿਰਦ ਕਿਸੇ ਨੂੰ ਬਣਾਉਂਦੇ ਸੀ ਸੇਵਾ ਬਹੁਤ ਕਰਨੀ ਪੈਂਦੀ ਸੀ ਉਦੋਂ ਬਹੁਤ ਜ਼ਿਆਦਾ ਬਿਲਕੁਲ ਹੈ ਨਾ ਉਹਦੇ ਰਣਜੀਤ ਮਣੀ ਭਾਜੀ ਨਾਲ ਗੱਲ ਹੋਈ ਉਹਦੇ ਵੀ ਮੈਂ ਉੱਥੇ ਬੜੇ ਦਫ਼ਤਰਾਂ ਦੇ ਵਿੱਚ ਤੁਹਾਡੀ ਵੀ ਗੱਲ ਦੱਸਦੇ ਸੀ ਵੀ ਮੈਂ ਬੜੇ ਝਾੜੂ ਪੋਚੇ ਵੀ ਕੀਤੇ ਉੱਥੇ ਬੜੀ ਮਿਹਨਤ ਕੀਤੀ ਹੈ ਨਾ ਸੋ ਤੁਹਾਨੂੰ ਉਸ ਸਮੇਂ ਕਿੰਨੀ ਕੁ ਸੇਵਾ ਜਾਂ ਸੰਘਰਸ਼ ਕਰਨਾ ਪਿਆ ਜੀ ਉਸ ਸਮੇਂ ਜੀ ਮੈਂ ਤਾਂ ਦੱਸਿਆ ਕਿ ਜਿੱਦਾਂ ਮੈਂ ਬਹੁਤ ਗਰੀਬ ਸੀਗਾ ਮੈਨੂੰ ਘੜਾ ਵੀ ਹੱਥੀ ਸਿਖਾ ਰਿਹਾ ਛੱਲੇ ਲਿਆ ਕੇ ਦਿੱਤੇ ਮੁਕਾ ਕੇ ਦਿੱਤੇ ਜੀ ਅੱਛਾ ਜੀ ਠੀਕ ਹੈ ਜੀ ਤੇ ਮੈਂ ਤਾਂ ਜਿਹੜੀ ਉਸਤਾਦੀ ਸ਼ਗਿਰਦੀ ਕੀਤੀ ਸੀ ਜੀ ਠੀਕ ਹੈ ਜੀ ਮੈਨੂੰ ਕਹਿੰਦੇ ਸਮ ਸ਼ੇਰ ਦੇ ਹੁੰਦੇ ਕਾਫੀ ਦੇਰ ਹੋ ਗਈ ਜਦੋਂ ਮੈਂ ਘੜੇ ਤੇ ਜਾਂਦਾ ਉਹਨਾਂ ਮੋਰੀ ਸੀਟ ਤੇ ਬੈਠਾ ਹੁੰਦਾ ਸੀ ਉਹਨਾਂ ਪਿੱਛੇ ਇਦਾਂ ਕਰਕੇ ਆਰਤੀ ਬਹਿਣਾ ਉੱਤੇ ਸੀਟ ਤੇ ਕਹਿੰਦਾ ਅੱਛਾ ਜੀ ਅੱਛਾ ਮੈਨੂੰ ਕਹਿੰਦੇ ਪੁੱਤੋ ਮੈਨੂੰ ਉਸਾਰ ਕਦੋਂ ਬਣਾਉਣਾ ਅੱਛਾ ਠੀਕ ਹੈ ਜੀ ਮੈਂ ਕਿਹਾ ਜੀ ਕੋਈ ਗੱਲ ਨਹੀਂ ਮੈਂ ਕਿਹਾ ਜੀ ਠੀਕ ਹੈ ਜੀ ਤੇ ਫਿਰ ਤੁਹਾਨੂੰ ਗਾਣੇ ਦਾ ਵੀ ਮੌਕਾ ਮਿਲ ਜਾਣਾ ਸੀ ਕੋਈ ਉੱਥੇ ਸਟੇਜ ਤੇ ਬਿਲਕੁਲ ਜੀ ਬੜੀ ਵਾਰੀ ਮੈਨੂੰ ਮੌਕਾ ਮਿਲਿਆ ਬੱਚੇ ਗਾਉਣ ਦਾ ਠੀਕ ਹੈ ਜਿੱਦਾਂ ਮੈਨੂੰ ਇੱਦਾਂ ਛੇੜਦੇ ਸੀ ਕਹਿੰਦੇ ਵੀ ਇੱਦਾਂ ਕਿੱਦਾਂ ਉਸਾਰ ਕਦੋਂ ਬਣਾਉਣਾ ਅੱਛਾ ਜੀ ਚਲੋ ਜੀ ਉਦੋਂ ਪੈਸੇ ਨੇ ਵੀ ਜਿੱਦਾਂ 40 ਰੁਪਏ ਕਹਿੰਦਾ ਘੜੀ ਤੇ ਮਿਲਦੇ ਕਹਿੰਦੇ ਮੈਂ ਨਹੀਂ ਵੀ ਤਾਂ ਕਹਿੰਦੇ ਇਕੱਠੇ ਰੱਖ ਲੈਂਦੇ ਮੈਨੂੰ ਇਕੱਠੇ ਦੇ ਦੇਣੇ ਇਹ ਕਹਿੰਦੇ ਪੁੱਤ ਤੂੰ ਐਂ ਕਰੀ ਮੈਨੂੰ ਤੂੰ 5 ਰੁਪਈਆ ਦੇ ਰੱਖ ਕੇ ਨਾ 5 ਰੁਪਏ ਰੱਖ ਕੇ ਮੈਨੂੰ ਮੱਥਾ ਟੇਕ ਦੇ ਅੱਛਾ ਜੀ ਦੇਖ ਕੋਈ ਨਹੀਂ ਜੇ ਤੂੰ ਬਹੁਤ ਬਹੁਤ ਵਧੀਆ ਇਨਸਾਨ ਸੀ ਨਾ ਜੀ ਇਸ ਤਰ੍ਹਾਂ ਮੈਂ ਉਹਨਾਂ ਨੂੰ ਆਪਣਾ ਸਾਥ ਬਣਾਇਆ ਸੀ ਠੀਕ ਹੈ ਬਿਲਕੁਲ ਤੇ ਇੱਕ ਚੀਜ਼ ਹੋਰ ਵੀ ਜਦੋਂ ਤੁਸੀਂ ਉਹਨਾਂ ਕੋਲ ਤੁਹਾਡੀ ਉਮਰ ਉਸ ਸਮੇਂ ਕਿੰਨੀ ਹੋਊਗੀ ਜੀ ਇਹ ਵੀ ਨਾ ਆਪਾਂ ਤੁਹਾਡੀ ਵੀਡੀਓ ਪਾਈ ਸੀ ਉਹ 'ਚ ਕਾਫੀ ਕਿੰਤੂ ਪ੍ਰੰਤੂ ਸੀ ਲੋਕਾਂ ਦਾ ਵੀ ਕਿੰਨੀ ਕੁ ਉਮਰ ਸੀ ਜਾਂ ਕੀ ਗੱਲਬਾਤ ਸੀ ਫਿਰ ਵੀ 15-18 ਸਾਲ ਦੇ ਨਜ਼ਦੀਕ ਇੰਨੀ ਕੁ ਉਮਰ ਹੋਊਗੀ ਹੈ ਨਾ ਤੇ ਜਦੋਂ ਤੁਸੀਂ ਹੁਣ ਆਪਾਂ ਤੁਹਾਡੇ ਪਿੰਡ ਚੱਲਦੇ ਹਾਂ ਇੱਕ ਵਾਰੀ ਹੈ ਨਾ ਬਿਲਕੁਲ ਜੀ ਤੇ ਉੱਥੋਂ ਪਿੰਡ ਦਾ ਦੱਸੋ ਵੀ ਕਿੱਦਾਂ ਸਫ਼ਰ ਸ਼ੁਰੂ ਹੋਇਆ ਕਿਵੇਂ ਫਿਰ ਆਪਾਂ ਭੈਣ ਨਾਲ ਵੀ ਗੱਲਬਾਤ ਕਰਾਂਗੇ ਠੀਕ ਹੈ ਤੇ ਹਾਂ ਵੀ ਉੱਥੋਂ ਤੁਸੀਂ ਮੈਨੂੰ ਇੱਕ ਗੱਲ ਸੁਣਨ ਨੂੰ ਮਿਲੀ ਸੀ ਵੀ ਤੁਹਾਨੂੰ ਪਹਿਲਾਂ ਘਰਦਿਆਂ ਨੇ ਵੀ ਟੇਲਰ ਦਾ ਕੰਮ ਕਰ ਹੈ ਨਾ ਟੇਲਰ ਉਹ ਵੀ ਸਾਨੂੰ ਦੱਸਿਓ ਸਾਰਾ ਨਾ ਕਿੱਦਾਂ ਬਸ ਇਹ ਸੀ ਮੈਂ ਜਿੱਦਾਂ ਦੱਸਿਆ ਘਰ 'ਚ ਬਹੁਤ ਗਰੀਬੀ ਸੀਗੀ ਜਿੱਦਾਂ ਸਾਡੇ ਪਿੰਡ ਇੱਕ ਗਾਉਣ ਵਾਲਾ ਹੈ ਹਾਂਜੀ ਬਖਸ਼ੀ ਬਿੱਲਾ ਸੀ ਉਹਦਾ ਨਾਮ ਜੀ ਅੱਛਾ ਜੀ ਠੀਕ ਆ ਤੇ ਸਾਡਾ ਹੁਣ ਵੀ ਉਹ ਪਿਆਰ ਮੈਂ ਉਹਨਾਂ ਕੋਲ ਵੀ ਕਾਫੀ ਪਹਿਲਾਂ ਜਾਂਦਾ ਰਿਹਾ ਅੱਛਾ ਜੀ ਤੇ ਉਹਦਾ ਕੋਈ ਵੀ ਜਿੱਦਾਂ ਮੈਂ ਕਾਫੀ ਜਾਣਾ ਸਿੱਖਣ ਵਾਸਤੇ ਕਹਿੰਦਾ ਤੂੰ ਵੀ ਬਹੁਤ ਅੱਛੀ ਵਜਾਉਂਦੇ ਬਹੁਤ ਹੀ ਬਹੁਤ ਅੱਛਾ ਠੀਕ ਹੈ ਜੀ ਮਾਨ ਸਾਹਿਬ ਦੇ ਕਲੀਆਂ ਬੋਲੇ ਬੜੇ ਦੋਹੇ ਹੋ ਗਏ ਪਛਾਣ ਅੱਛਾ ਜੀ ਹੁਣ ਵੀ ਮੈਨੂੰ ਉਹਨਾਂ ਦਾ ਫੋਨ ਆਉਂਦਾ ਅੱਛਾ ਦੇ ਹੋ ਕੇ ਤਾਂ ਮੈਂ ਉਹਨਾਂ ਨੂੰ ਯਾਦ ਕਰ ਰਿਹਾ ਅੱਛਾ ਠੀਕ ਹੈ ਜੀ ਉਹ ਆਏ ਉਹਨਾਂ ਨੂੰ ਦੇਖ ਕੇ ਮੇਰਾ ਉਤਸ਼ਾਹ ਵਧਿਆ ਜੀ ਠੀਕ ਹੈ ਜੀ ਵੀ ਮੈਂ ਵੀ ਗਾਉਣ ਵਾਲਾ ਬਣਾ ਮੈਨੂੰ ਜ਼ਿਆਦਾ ਪਹਿਲਾਂ ਲਿਖਣ ਦਾ ਸ਼ੌਂਕ ਸੀਗਾ ਠੀਕ ਹੈ ਜੀ ਲਿਖਣ ਤੋਂ ਗਾਉਣ ਵਾਲਾ ਵੀ ਸ਼ੌਂਕ ਹੋ ਗਿਆ ਡਰ ਉਹ
ਅੱਛਾ ਕਿੰਨਾ ਕੁ ਸਮਾਂ ਉੱਥੇ ਕਰਦੇ ਰਹੇ ਜੀ ਕੰਮ? ਮੈਂ ਜ਼ਿਆਦਾ ਨਹੀਂ, ਫਿਰ ਚਾਰ ਪੰਜ ਕਦੇ ਗਏ ਜੀ। ਸਿੱਖ ਲਈ ਕੋਈ ਸ਼ਰਟ ਸ਼ੂਟ ਬਣਾ ਲੈਂਦੇ ਸੀ? ਕੱਪੜਾ ਦੇ ਰਹੇ ਤੇ ਸੀਰ ਮਾਰ ਇੱਦਾਂ ਜੇ ਠੀਕ ਸਿੱਧੇ ਕਰਾਉਂਦੇ ਸੀ। ਅੱਛਾ, ਤੇ ਤੁਹਾਡੀ ਫਿਰ ਪਹਿਲੀ ਕੈਸਟ ਕਦੋਂ ਆਈ ਜੀ? ਪਹਿਲੀ ਕੈਸਟ ਆਈ ਜੀ 1988 ਵਿੱਚ। 1988, ਉਸ ਸਮੇਂ ਹੀ ਚਮਕੀਲਾ ਸਾਹਿਬ ਦੀ ਡੈਥ ਵੀ ਹੋਈ ਸੀ ਨਾ? ਹਾਂਜੀ, ਮਾਰਚ ਵਿੱਚ ਹੋਈ। ਉਸ ਤੋਂ ਬਾਅਦ ਉਹਨਾਂ ਦੇ ਮਤਲਬ ਡੈਥ ਤੋਂ ਪਹਿਲਾਂ ਤੁਸੀਂ ਸ਼ੁਰੂ ਕਰਤਾ ਸੀ ਪ੍ਰੋਫੈਸ਼ਨਲ ਤੌਰ ਤੇ ਕਿ ਨਹੀਂ? ਨਹੀਂ, ਬਾਅਦ ਚ। ਅੱਛਾ, ਜਦੋਂ ਉਹਨਾਂ ਦੀ ਡੈਥ ਹੋ ਗਈ ਉਸ ਤੋਂ ਬਾਅਦ ਫਿਰ ਤੁਸੀਂ ਕੀਤਾ? ਪਹਿਲੀ ਐਲਬਮ ਦਾ ਕੀ ਨਾਮ ਸੀਗਾ ਜੀ? ਪਹਿਲੀ ਐਲਬਮ ਦਾ ਨਾਮ ਸੀ ਨਾਰ ਮਰੂਤੀਵਾਦੀ। ਅੱਛਾ, ਠੀਕ ਆ। ਸੀਗੇ ਤੇ ਇੱਕ ਦੋ ਗਾਣੇ ਮੇਰੇ ਇਕੱਲੇ ਸੀ। ਠੀਕ ਆ ਜੀ। ਉਹਦੇ ਵਿੱਚ ਦੋ ਕੁ ਜਿਹੜੇ ਇਕੱਲੇ ਦੇ ਗਾਣੇ ਸੀ, ਇੱਕ ਗਾਣਾ ਸੀ ਮੇਰਾ ਮਾਪੇ ਤੈਨੂੰ ਘੱਟ ਰੋਣਗੇ। ਅੱਛਾ ਜੀ। ਬਹੁਤੇ ਰੋਣਗੇ ਦਿਨਾਂ ਦੇ ਜਾਨੀ, ਸਾਡੇ ਦਿਲ ਦਾ ਸ਼ੀਸ਼ਾ ਟੁੱਟਿਆ, ਸੋਹਣੇ ਸੋਚ ਲਵੋ। ਉਹ ਸਗੋਂ ਇਕੱਲੇ ਲੋਕਾਂ ਨੇ। ਸੋ ਫਿਰ ਹੁਣ ਆਪਾਂ ਗੱਲਾਂ ਕਾਫੀ ਕਰਨੀ, ਤੁਹਾਡੇ ਤੋਂ ਇੱਕ ਗਾਣਾ ਵੀ ਸੁਣ ਲਈਏ ਉਸ ਐਲਬਮ ਦਾ, ਪੁਰਾਣੀ ਯਾਦ ਤਾਜ਼ੀ ਕਰਦੇ ਹਾਂ। ਅੱਛਾ, ਠੀਕ ਹੈ, ਬਿਲਕੁਲ ਜੀ। ਨੀ ਮਿੱਤੇ ਰੰਗ ਤੂੰ ਥੁੱਲ ਕੇ ਡੋੜੇ ਚੜ ਗਾਣਾ ਸੋਹਣੇ ਬਗਾਨੀ, ਨੀ ਮਾਪੇ ਤੈਨੂੰ ਘੱਟ ਰੋਣਗੇ, ਬਹੁਤੇ ਰੋਣਗੇ ਦਿਲਾਂ ਤੇ ਜਾਨੀ, ਨੀ ਮਾਪੇ ਤੈਨੂੰ ਘੱਟ ਰੋਣਗੇ, ਨੀ ਬਹੁਤੇ ਰੋਣਗੇ ਦਿਲਾਂ ਤੇ ਜਾਨੀ। ਕਿਆ ਬਾਤ ਹੈ ਜੀ, ਬਹੁਤ ਵਧੀਆ, ਬਹੁਤ ਵਧੀਆ। ਸੋ ਫਿਰ ਤੁਹਾਡੀ ਨਰਿੰਦਰ ਜੋਤ ਜੀ ਨਾਲ ਮੁਲਾਕਾਤ ਕਿਵੇਂ ਹੋਈ ਜੀ? ਕਿੰਨੇ ਕਿਹੜੇ ਸੰਨ ਦੇ ਵਿੱਚ ਮੁਲਾਕਾਤ ਹੋਈ ਸੀ? ਆਪਣਾ ਦਫ਼ਤਰ ਬਣਾ ਲਿਆ ਜੀ ਕੁਵਾੜੇ ਸ਼ਹਿਰ। ਅੱਛਾ ਜੀ। ਅਤੇ ਕਿਉਂਕਿ ਜ਼ਮਾਨਾ ਜ਼ਿਆਦਾ ਡਿਊਟੀ ਦਾ ਸੀ ਉਸ ਵੇਲੇ। ਹਾਂਜੀ ਹਾਂਜੀ ਹਾਂਜੀ। ਯਾਨੀ ਇਕੱਲਿਆਂ ਦੇ ਮੋਸਟ ਸੀ, ਯਾਨੀ ਡਿਊਟੀ ਨੂੰ ਜਿੱਦਾਂ ਮੈਂ ਸਾਜ ਜੀ ਕੋਲ ਰਿਹਾ ਸੀ, ਮੈਂ ਚਾਹੁੰਦਾ ਸੀ ਮੈਂ ਉੱਦਾਂ ਦਾ ਕੰਮ ਕਰੂੰ। ਹਾਂਜੀ ਹਾਂਜੀ, ਬਿਲਕੁਲ। ਅਤੇ ਇਹ ਫਿਰ ਕੁਦਰਤੀ ਸਾਡੇ ਕੋਲ ਆਏ ਜੀ। ਅੱਛਾ, ਸੋ ਇਹ ਆਪ ਆਏ ਸੀਗੇ? ਹਾਂਜੀ। ਕਿ ਤੁਹਾਨੂੰ ਫਿਰ ਭੈਣੇ ਕੌਣ ਲੈ ਕੇ ਆਇਆ ਉੱਥੇ? ਮੈਨੂੰ ਮੇਰੀ ਫਰੈਂਡ ਸੀ, ਜਿੱਦਾਂ ਮੈਨੂੰ ਬਹੁਤ ਸ਼ੌਂਕ ਸੀ, ਮੈਨੂੰ ਇੱਦਾਂ ਲੱਗਦਾ ਕਿ ਸਿੰਗਰ ਸਾਰੇ ਦਿੱਲੀ ਜਾਂ ਬੰਬੇ ਹੋਣੇ ਆ। ਅੱਛਾ ਅੱਛਾ, ਠੀਕ ਹੈ ਜੀ। ਮੈਨੂੰ ਇੱਦਾਂ ਪਤਾ ਨਹੀਂ ਸੀਗਾ, ਬਿਲਕੁਲ ਮੇਰੇ ਕਲੋਜ਼ ਬੈਠੇ ਆ। ਅੱਛਾ ਜੀ। ਫਿਰ ਉਹਨਾਂ ਨੇ ਦੱਸਿਆ ਮੈਨੂੰ, ਜਿੱਦਾਂ ਪਹਿਲਾਂ ਤੋਂ ਬਚਪਨ ਤੋਂ ਸ਼ੌਂਕ ਸੀ ਗਾਉਣ ਦਾ। ਅੱਛਾ ਜੀ। ਉਹਨਾਂ ਨੇ ਗੱਲਬਾਤ ਕਰਵਾਈ ਤੇ ਫਿਰ ਮੈਂ ਇਹਨਾਂ ਦੇ ਕੋਲ ਜਿੱਦਾਂ ਅਸੀਂ ਟ੍ਰੇਨਿੰਗ ਲਈ ਗਏ। ਅੱਛਾ ਅੱਛਾ, ਤੁਸੀਂ ਮਤਲਬ ਤੁਸੀਂ ਫਗਵਾੜੇ ਤੋਂ ਹੀ ਸੀਗੇ ਆਪ ਵੀ? ਮੇਰਾ ਪਿੰਡ ਨਾਲ ਹੀ ਪੈ ਜਾਂਦਾ ਫਗਵਾੜੇ ਦੇ, ਜਿੱਦਾਂ 5-6 ਕਿਲੋਮੀਟਰ ਦੇ ਆਪ ਪਿੰਡ। ਅੱਛਾ, ਜੀ ਤੁਸੀਂ ਉੱਥੋਂ ਸੀਗੇ, ਫਿਰ ਤੁਸੀਂ ਇਹਨਾਂ ਕੋਲ ਆਫਿਸ ਆਏ, ਫਿਰ ਇੱਥੋਂ ਇਹਨਾਂ ਤੋਂ ਸਿੱਖਣਾ ਸ਼ੁਰੂ ਕੀਤਾ ਮਿਊਜ਼ਿਕ, ਅਤੇ ਫਿਰ ਤੁਸੀਂ ਸਟੇਜ 'ਤੇ ਕਦੋਂ ਜਾਣਾ ਸ਼ੁਰੂ ਕੀਤਾ ਇਹਨਾਂ ਨਾਲ? ਸਟੇਜ 'ਤੇ ਤਾਂ ਫਿਰ ਜਿੱਦਾਂ ਥੋੜ੍ਹਾ ਜਿਹਾ ਸਿੱਖ ਕੇ 95 'ਚ ਜਿੱਦਾਂ ਸਟਾਰਟ ਕਰ ਦਿੱਤਾ ਸੀਗਾ, 95 ਵਿੱਚ। ਅੱਛਾ ਜੀ। ਪਿੰਡ 'ਚ ਮੇਰੇ ਖਿਆਲ ਨਾਲ ਮੇਰਾ ਕੋਈ ਸੀ ਅਤੇ। ਹਾਂਜੀ ਹਾਂਜੀ, ਦੱਸੋ ਦੱਸੋ। ਠੀਕ ਹੈ। ਜਿੱਦਾਂ ਇੱਕ ਦੋ ਗੀਤ ਜਿੱਦਾਂ ਕਰ ਲਿਆ ਤਿਆਰ, ਇੱਕ ਦੋ ਗਾਣੇ ਨੇ ਫਿਰ ਇੱਦਾਂ ਹੌਲੀ ਹੌਲੀ। ਅਤੇ ਉਸ ਸਮੇਂ ਜਿਵੇਂ ਇਹਨਾਂ ਦਾ ਬਹੁਤ ਨਾਮ ਸੀ ਨਾ, ਫਿਰ ਤੁਹਾਨੂੰ ਇਹਨਾਂ ਨੇ ਸੌਖੇ ਹੀ ਸ਼ਾਗਿਰਦ ਬਣਾ ਲਿਆ ਸੀ ਆਪਣਾ, ਕਿ ਤੁਹਾਨੂੰ ਵੀ ਸੰਘਰਸ਼ ਕਰਨਾ ਪਿਆ ਜੀ? ਮੈਨੂੰ ਤਾਂ ਵੈਸੇ ਠੀਕ ਆ, ਸੌਖਾ ਹੀ ਮਿਲ ਗਿਆ। ਠੀਕ ਆ। ਜਿੱਦਾਂ ਮੈਂ ਪਹਿਲਾਂ ਇੰਗਲੈਂਡ ਗਿਆ ਸੀਗਾ। ਅੱਛਾ ਜੀ। ਦੋ ਤਿੰਨ ਵਾਰੀ ਮੈਨੂੰ ਸਾਲ 'ਚ ਦੋ ਗੇੜੇ ਵੀ ਲੱਗ ਜਾਂਦੇ, ਕਿੱਦਾਂ ਉਸਤਾਦ ਦੀ ਡੈਥ ਹੋਈ ਸੀ ਨਾ, ਲੋਕ ਉਹਨਾਂ ਕਰਕੇ ਬਾਹਰ ਪਸੰਦ ਬਹੁਤ ਕਰਦੇ ਹੁਣ ਤਾਂ, ਉਦੋਂ ਮੈਂ ਵੀ ਇੱਥੇ ਦਾੜੀ ਰੱਖੀ ਹੁੰਦੀ ਮੁੱਚਾ ਜੀ ਹਾਲ ਤੇ। ਅੱਛਾ ਅੱਛਾ। ਮੈਂ ਵੀ ਕਟਾਪ ਨਹੀਂ ਦਿੱਤੀ ਜਾਂਦਾ। ਅੱਛਾ ਜੀ। ਅਤੇ ਉਹ ਫਿਰ ਜਾਣੀ ਸਾਲ 'ਚ ਇੱਕ ਗੇੜੇ ਤਾਂ ਪੱਕਾ ਸੀ, ਦੋ ਵੀ ਲੱਗਦੇ ਕਿੱਦਾਂ। ਠੀਕ ਹੈ ਜੀ। ਅਤੇ ਇਹ ਸੀ ਮੈਂ ਨਾ ਪਹਿਲਾਂ ਫਿਰ ਜਲੰਧਰ ਤੋਂ ਸੀਗੇ ਪ੍ਰੀਤ ਕੌਰ ਜੀ। ਅੱਛਾ ਜੀ। ਉਹਨਾਂ ਨੇ ਡਿਊਟੀ ਟੇਪਾਂ ਮੇਰੀਆਂ ਆਈਆਂ। ਅਤੇ ਉਹ ਫਿਰ ਕਿੱਦਾਂ ਹੀ ਹੁੰਦੇ, ਹੁਣ ਜਦੋਂ ਥੋੜ੍ਹੇ ਜਿਹਾ ਨਾਮ ਬਣ ਗਿਆ ਆਪਣਾ, ਚੱਲਣ ਲੱਗ ਪਿਆ ਕੰਮ। ਹਾਂਜੀ। ਅਤੇ ਸਾਨੂੰ ਲੋੜ ਹੁੰਦੀ ਪੱਕੀ ਕੁੜੀ ਦੀ। ਅੱਛਾ ਜੀ। ਹੈ ਨਾ, ਜਿੱਦਾਂ ਕਈਆਂ ਦੇ ਨਾਲ ਜਾਂਦੇ ਸੀਗੇ ਜੀ। ਬਿਲਕੁਲ। ਕਈ ਵਾਰੀ ਅਸੀਂ ਪ੍ਰੋਗਰਾਮ ਪਾ ਲੈਣਾ, ਉਹ ਕਹਿੰਦੇ ਅਸੀਂ ਤਾਂ ਉਹਦੇ ਨਾਲ ਜਾਣਾ ਕੱਲ੍ਹ ਨੂੰ ਜੀ। ਹਾਂਜੀ ਹਾਂਜੀ। ਕੁਦਰਤ ਇਹ ਸਾਡੇ ਕੋਲ ਹੌਲੀ ਹੌਲੀ, ਫਿਰ ਜਿੰਨੀ ਕੁ ਜਿੰਨਾ ਕੁ ਮੈਨੂੰ ਆਉਂਦਾ ਸੀ ਮਾੜਾ ਮੋਟਾ ਗਾਉਣਾ, ਇਹਨਾਂ ਨੂੰ ਮੈਂ ਤਿਆਰ ਕੀਤਾ। ਅੱਛਾ ਜੀ। ਅਤੇ ਇਹ ਜਾਣਨਾ ਪਏ, ਕੁਦਰਤ ਇਹਨਾਂ ਨੂੰ ਛੇਤੀ ਮੌਕਾ ਮਿਲ ਗਿਆ ਮੇਰੇ ਨਾਲ, ਮੈਂ ਇੰਗਲੈਂਡ ਜਾਣਾ ਸੀਗਾ। ਅੱਛਾ ਜੀ। 95 ਆਪਣੇ ਹਰੇਕ ਦੇ ਮਨ ਚ ਹੁੰਦਾ ਸੀ ਨਾ ਜੀ ਉਸ ਸਮੇਂ। ਅੱਛਾ, ਫਿਰ ਬਾਈ ਜੀ ਨੇ ਕੰਮ ਕੀਤਾ। ਅੱਛਾ, ਵੀ ਪਤਾ ਨਹੀਂ ਕਿਆ ਬਾਤ ਹੈ ਜੀ, ਬਹੁਤ ਵਧੀਆ।
ਬਹੁਤ ਸੋਹਣੀ ਆਵਾਜ਼ ਆ, ਬਿਲਕੁਲ ਉੱਦਾਂ ਹੀ ਲੱਗਦਾ ਜਿਵੇਂ ਆਪਾਂ ਐਲਬਮ ਸੁਣੀ ਆ ਤੁਹਾਡੀ, ਗਾਣੇ ਸੁਣਦੇ ਹਾਂ ਨਾ। ਸੋ ਜਿਹੜੇ ਵਧੀਆ ਕਲਾਕਾਰ ਹੁੰਦੇ ਆ ਉਹਨਾਂ ਦੀ ਇਹ ਨਿਸ਼ਾਨੀ ਹੁੰਦੀ ਆ ਵੀ ਲਾਈਵ ਵੀ ਉੱਦਾਂ ਹੀ ਗਾਉਂਦੇ ਨੇ, ਤਾਂ ਆਮ ਗਾਇਆ ਨਹੀਂ ਜਾਂਦਾ ਲੋਕਾਂ ਤੋਂ ਜੀ। ਸੋ ਜਦੋਂ ਤੁਹਾਡੀ ਹੁਣ ਆਪਾਂ ਮੈਰਿਜ ਤੋਂ ਬਾਅਦ ਫਿਰ ਤੁਹਾਡੀ ਕਿੰਨੇ ਕੈਸਟਾਂ ਇਕੱਠੀਆਂ ਆਈਆਂ ਜੀ ਹੁਣ ਤੱਕ? ਕੈਸਟਾਂ ਜਿੱਦਾਂ ਇਹਨਾਂ ਨਾਲ ਤਾਂ ਉਦੋਂ ਆਈ ਸੀਗੀ ਸੋਹਣਿਆ ਕੈਲੰਡਰ ਯਾਰਾ, ਸਾਰੀ ਅੱਛਾ ਜੀ। ਉਸ ਤੋਂ ਬਾਅਦ ਤਾਂ ਬਹੁਤ ਕੈਸਟਾਂ ਇਹਨਾਂ ਨਾਲ ਵੀ, ਜਿੱਦਾਂ ਸੁਦੇਸ਼ ਕੁਮਾਰੀ ਜੀ, ਮਿਸ ਪੂਜਾ ਜੀ, ਅੱਛਾ ਜੀ, ਨੇਹਾ ਕੱਕੜ ਜੀ, ਅੱਛਾ ਨੇਹਾ ਕੱਕੜ ਜੀ ਨੇ ਤੁਹਾਡਾ ਚਸ਼ਮਾ ਨਾਲ, ਅੱਛਾ ਅੱਛਾ ਉਹਨਾਂ ਨਾਲ ਸੀ ਉਹ, ਹਾਂਜੀ ਹਾਂਜੀ ਠੀਕ ਹੈ। ਇਹਨਾਂ ਦੇ ਨਾਲ ਆਏ ਸੀ ਮੇਰੀ ਦਿੱਲੀਓ ਕੈਨੇਡਾ ਦੀ ਫਲਾਈਟ ਕੱਲ ਨੂੰ। ਅੱਛਾ ਜੀ, ਮਿਸ ਤੈਨੂੰ ਸੋਹਣਿਆ ਪਿਆ ਬੜਾ ਕਹਿੰਦੀ ਕਰਦੀ। ਅੱਛਾ ਜੀ, ਉਹਦਾ ਇੱਕ ਸਿੰਗਰ ਹੋਰ ਸੀ ਇਹਨਾਂ ਦੇ ਪਿੰਡ 'ਚ ਸੀ ਉੱਦਾਂ। ਠੀਕ ਹੈ ਜੀ, ਠੀਕ ਹੈ, ਅੱਛਾ ਤੇ ਪਤਾ ਉਹਨਾਂ ਨੇ ਵੀ ਮੇਰੀਆਂ ਡਿਊਟੀ ਆਈਆਂ ਸੀਗੀਆਂ। ਠੀਕ ਹੈ ਜੀ, ਅਤੇ ਚਲੋ ਜਦੋਂ ਉਹਦਾ ਤਾਂ ਟਾਈਮ ਸੀਗਾ ਉਹ ਕਹਿੰਦੇ ਮੈਂ ਕਿਸੇ ਨਾਲ ਗਾਇਆ ਨਹੀਂ। ਅੱਛਾ ਜੀ, ਅਤੇ ਚਲੋ ਬਹੁਤ ਵਧੀਆ ਗੱਲ ਤੁਸੀਂ ਬਾਈ ਜੀ। ਹਾਂਜੀ, ਕਾਲਾ ਚਸ਼ਮਾ ਦੀ ਗੱਲ ਕੀਤੀ ਸੀ, ਸੋ ਉਹ ਗਾਣਾ ਬਾਲੀਵੁੱਡ ਵਿੱਚ ਆਇਆ ਨਾ, ਪਹਿਲਾਂ ਆਪਣੇ ਪੰਜਾਬ 'ਚ ਵੀ ਖੂਹ ਧੂਮਾਂ ਮਚਾਈਆਂ ਉਹਨੇ, ਸੋ ਉਹ ਬਾਲੀਵੁੱਡ ਵਿੱਚ ਜਿਹੜਾ ਗਾਣਾ ਗਿਆ ਉਹਦਾ ਕਿਵੇਂ ਸਵਾਬ ਬਣਿਆ ਸੀਗਾ ਜੀ? ਉਹਦਾ ਸਵਾਬ ਜੀ ਬੜੇ ਚਿਰ ਤੋਂ ਮੇਰੇ ਤੋਂ ਗਾਣੇ ਮੰਗਦੇ ਸੀਗੇ। ਅੱਛਾ ਜੀ, ਤਕਰੀਬਨ 7-8 ਸਾਲ ਹੋ ਗਏ ਸੀਗੇ। ਠੀਕ ਹੈ ਜੀ, ਅਤੇ ਉਹਦਾ ਕਾਰਨ ਇਹ ਸੀ ਮੈਂ ਗਾਣਾ ਦੇ ਨਹੀਂ ਰਿਹਾ ਸੀਗਾ। ਅੱਛਾ, ਕਿਉਂਕਿ ਜਦੋਂ ਗੱਲ ਸੁਣੀ ਜੀ ਮੈਂ ਬੋਂਬੇ 'ਚ ਕਹਿੰਦੇ ਜੀ ਬੜੇ ਪੈਸੇ ਮਿਲਦੇ ਆ, ਹਾਂਜੀ ਹਾਂਜੀ, ਸਿੰਗਰ ਨੂੰ ਇੰਨੇ ਪੈਸੇ ਮਿਲੇ। ਠੀਕ ਹੈ ਜੀ, ਅਤੇ ਉਹ ਪੈਸੇ ਕੁਛ ਬਹੁਤੇ ਦੇਣ ਲਈ ਤਿਆਰ ਨਹੀਂ ਸੀਗੇ। ਅੱਛਾ ਜੀ, ਮੇਰੀ ਕਾਫੀ ਜਗ੍ਹਾ ਵਧੀਆ ਵਧੀਆ ਕੰਪਨੀਆਂ ਨਾਲ ਗੱਲਬਾਤ ਹੋਈ, ਇੰਗਲੈਂਡ ਤੋਂ ਵੀ ਇੱਕ ਬੰਦਾ ਆਇਆ ਗਾਣਾ, ਕਹਿੰਦੇ ਮੈਨੂੰ ਦਿਓ ਮੈਂ ਤੁਹਾਨੂੰ ਇੰਨੇ ਪੈਸੇ ਲਾਊਂਗਾ। ਠੀਕ ਹੈ ਜੀ, ਅਤੇ ਪੈਸੇ ਭਰਦੇ ਨਹੀਂ ਸੀ, ਅਤੇ ਮੇਰਾ ਕੰਮ ਜਦੋਂ ਮੇਰੀ ਟਿਪਾਂ ਆਈਆਂ ਸੀ ਪਹਿਲੀ ਮੁਲਾਕਾਤ, ਹਾਂਜੀ, ਹਾਏ ਰੱਬਾ ਸੋਹਣੇ ਨੂੰ ਛੇਤੀ ਕਿਉਂ ਨਹੀਂ ਮਿਲਿਆ, ਤਾਂ ਜਿੱਦਾਂ ਕਾਫੀ ਡਿਊਟ ਕੈਸਟਾਂ, ਹਾਂਜੀ ਹਾਂਜੀ, ਉਸ ਵੇਲੇ ਰੰਗਲੀ ਕੋਠੀ ਆਈ ਆ, ਵੀ ਕੰਮੇ ਹੀ ਨਾ ਸੀ ਸਾਡੇ ਕੋਲ, ਹਾਂਜੀ, ਮੈਂ ਕੋਈ ਜਦੋਂ ਦੇਖ ਰਿਹਾ ਸਾਨੂੰ ਗੁਰੂ ਰਾਮਾ ਤੋਂ ਮਿਲਦੇ ਤਾਂ ਆਪਾਂ ਕਾਹਤੇ ਵਿਗਾਣਾ, ਬਿਲਕੁਲ ਆਪਣੇ ਕੰਮ ਨਾਲ ਦਵਾਂਗੇ। ਠੀਕ ਹੈ ਜੀ, ਫਿਰ ਇਹ ਕਿਹੜੇ ਸੰਨ ਦੇ ਵਿੱਚ ਤੁਸੀਂ ਗਾਣਾ ਦਿੱਤਾ ਜੀ? ਇਹ ਗਾਣਾ ਤਾਂ ਜਦੋਂ ਤਾਂ ਫਿਲਮ ਆਈ ਆ ਉਸ ਤੋਂ ਮੇਰਾ ਖਿਆਲ ਜੀ ਸਾਲ ਕੇ ਪਹਿਲਾਂ ਕਹਿ ਸਕਦੇ ਹਾਂ। ਠੀਕ ਹੈ ਜੀ, ਨਵੇਂ ਸਿਰੋਂ ਜਿੱਦਾਂ ਕੋਈ ਬੰਦਾ ਆਇਆ ਸੀ ਉਹਦਾ ਨਾਂ ਸੀ ਸ਼ਾਇਦ ਚੰਦਰ ਸ਼ੇਖਰ। ਅੱਛਾ ਜੀ, ਉਹ ਤੁਹਾਡੇ ਕੋਲ ਇੱਥੇ ਆਪਣੇ ਫਗਵਾੜੇ ਆਏ ਸੀਗੇ? ਲੱਭਦ ਕਰਦੇ ਸੀ ਫਿਰ ਮੈਨੂੰ। ਅੱਛਾ ਅੱਛਾ, ਉਹਨਾਂ ਨੇ ਲਿਖੇ ਨਹੀਂ ਆਉਂਦਾ ਸੀਗਾ ਜੀ। ਠੀਕ ਹੈ ਜੀ, ਅਤੇ ਉਹ ਫਿਰ ਮੇਰੇ ਛੋਟੇ ਪਾਸ ਸੀ ਐਂਸਿਲ ਕੰਪਨੀ। ਅੱਛਾ, ਉੱਪਰ ਆਏ। ਠੀਕ ਹੈ ਜੀ, ਕੰਪਨੀ ਦਾ ਮਾਲਕ ਹੈ। ਹਾਂਜੀ, ਉਹਨਾਂ ਦੇ ਨਾਲ ਫਿਰ ਆਏ, ਫਿਰ ਉਹਨਾਂ ਦਾ ਮੈਂ ਕਹਿਣਾ ਮੋੜ ਨਹੀਂ ਸਕਦਾ ਸੀ ਬਹੁਤਾ। ਠੀਕ ਹੈ ਜੀ, ਫਿਰ ਮੈਨੂੰ ਜਿੱਦਾਂ ਕਿਹਾ ਫਿਰ ਕਰਨਾ ਪੈ ਗਿਆ। ਠੀਕ ਹੈ ਜੀ, ਸੋ ਫਿਰ ਤੁਹਾਨੂੰ ਸਹੀ ਮਿਲ ਗਏ ਪੈਸੇ ਨੇ ਤੁਸੀਂ ਚਾਹੁੰਦੇ ਸੀ? ਮੈਂ ਖੁਸ਼ੀ ਬਹੁਤ ਜੀ। ਅੱਛਾ, ਐਡੀ ਵੱਡੀ ਕੰਪਨੀ 'ਚੋਂ ਗਾਣਾ। ਹਾਂਜੀ ਹਾਂਜੀ, ਅਤੇ ਜਿੱਥੇ ਤੱਕ ਅਸੀਂ ਜਾਣਾ ਸੋਚਿਆ ਨਹੀਂ ਸੀਗਾ। ਹਾਂਜੀ, ਹੈ ਨਾ ਬਈ, ਕਿਉਂਕਿ ਗਾਣਾ ਫਿਰ ਚੱਲ ਬਹੁਤ ਗਿਆ, ਹਿੱਟ ਹੋ ਗਿਆ ਬਹੁਤ, ਬਿਲਕੁਲ ਹਾਂਜੀ ਹਾਂਜੀ। ਅਤੇ ਅਸੀਂ ਫਿਰ ਤੁਸੀਂ ਉੱਥੇ ਬੰਬੇ ਜਾ ਕੇ ਰਿਕਾਰਡ ਕੀਤਾ ਜੀ ਗਾਣਾ? ਹਾਂਜੀ ਹਾਂਜੀ, ਨਹੀਂ ਬੰਬੇ ਨਹੀਂ ਗਿਆ ਸੀ ਮੈਂ, ਅਤੇ ਉਹ ਤਾਂ ਮੈਨੂੰ ਬੰਬੇ ਸੱਦਦੇ ਸੀਗੇ, ਮੈਂ ਢਿੱਲਾ ਹੀ ਸੀ ਜਿੱਦਾਂ ਤੁਹਾਨੂੰ ਪਤਾ ਓਕੇ। ਹਾਂਜੀ ਹਾਂਜੀ ਹਾਂਜੀ, ਉਹ ਮੈਨੂੰ ਸੱਦਦੇ ਕਿਤੇ ਜਹਾਜ਼ ਦੀ ਟਿਕਟ ਰੱਖ ਦਿੰਦੇ, ਮੈਂ ਕਿਹਾ ਯਾਰ ਕੋਈ ਗੱਲ ਨਹੀਂ। ਅੱਛਾ ਅੱਛਾ, ਤੁਸੀਂ ਕੋਈ ਗੱਲ, ਮੈਂ ਕਿਹਾ ਸਟੂਡੀਓ ਇੱਥੇ ਬੜੇ ਵਧੀਆ। ਅੱਛਾ ਜੀ, ਅਤੇ ਪੈਸੇ ਮੈਨੂੰ ਪਹਿਲਾਂ ਚੱਕ ਦੇ ਗਏ ਸੀਗੇ। ਠੀਕ ਹੈ ਜੀ, ਮੈਂ ਇੱਥੇ ਫਗਵਾੜੇ ਲੋਕਲ ਕੀਤੀ ਜੀ। ਠੀਕ ਹੈ ਜੀ, ਹਾਂਜੀ, ਆਰ ਪੀ ਸਟੂਡੀਓ ਉੱਥੇ ਕੀਤੀ। ਠੀਕ ਹੈ ਜੀ, ਫਿਰ ਮੈਨੂੰ ਕਹਿੰਦੇ ਆ ਜਾਓ ਕੁਛ ਕਮੀਆਂ ਕਹਿੰਦੇ। ਅੱਛਾ ਜੀ, ਮੈਂ ਕਿਹਾ ਜੀ ਕੋਈ ਗੱਲ ਨਹੀਂ, ਤੁਸੀਂ ਠੀਕ ਹੈ ਦੇਖ ਲਓ, ਜ਼ਿਆਦਾ ਗੱਲ ਤਾਂ ਮੈਂ ਕਿਹਾ ਮੈਂ ਆ ਜਾਊਂਗਾ। ਅੱਛਾ ਜੀ, ਚਲੋ ਕਰਦੇ ਕਰਾਉਂਦੇ ਨੇ, ਫਿਰ ਮੈਨੂੰ ਜੀ ਆਪਣੇ ਸਾਡੇ ਕਿਸੇ ਡਾਇਰੈਕਟਰ ਵੀ ਇਹਨੇ ਦੱਸਿਆ। ਅੱਛਾ ਜੀ, ਡਾਇਰੈਕਟਰ ਨੇ ਦੱਸਿਆ ਮੈਨੂੰ, ਵਧਾਈਆਂ ਦਿੱਤੀਆਂ ਫੋਨ 'ਤੇ। ਅੱਛਾ, ਕਹਿੰਦਾ ਵੀ ਅਮਰ ਅਸ਼ੀ ਤੇਰਾ ਗਾਣਾ ਬਹੁਤ ਵੱਡੇ ਲੈਵਲ 'ਤੇ, ਕਹਿੰਦਾ ਵੀ ਆ ਰਿਹਾ। ਕਿਆ ਬਾਤ, ਕਹਿੰਦਾ ਆਪਾਂ ਬੰਬੇ ਆਪ ਦੇਖ ਕੇ ਆਇਆ। ਮੈਂ ਕਿਹਾ ਯਾਰ ਤੂੰ ਕਿੱਦਾਂ ਗਿਆ ਸੀ, ਤੂੰ ਉੱਦਾਂ ਕਰੇ ਕਹਿੰਦਾ। ਅੱਛਾ ਜੀ, ਨਹੀਂ ਕਹਿੰਦਾ ਮੈਂ ਵੀ ਕਿਸੇ ਕੁੜੀ ਦਾ ਵੀਡੀਓ ਕਰਨ ਗਿਆ ਸੀਗਾ। ਅੱਛਾ ਜੀ, ਅਤੇ ਮੈਂ ਕਹਿੰਦਾ ਡੀਟੇਲ ਹੁੰਦੀ ਦੇਖੀ ਹੈ ਜੀ। ਕਿਆ ਬਾਤ ਹੈ ਜੀ, ਕਿਆ, ਮੈਨੂੰ ਬਹੁਤ ਵਧੀਆ। ਆਪਣੇ ਰਾਈਟਰ ਨੂੰ ਵੀ ਇਹ ਕਹੂੰਗਾ, ਛੋਟਾ ਵੀਰ ਆ, ਬੜਾ ਪਿਆਰ ਵੀ ਆ। ਹਾਂਜੀ ਬਈ, ਚਲੋ ਸਾਰੀ ਜਗ੍ਹਾ ਪੈਸੇ ਫਿਰ ਜ਼ਰੂਰੀ ਵੀ ਨਹੀਂ। ਹਾਂਜੀ ਹਾਂਜੀ ਹਾਂਜੀ, ਮੈਂ ਵੀ ਜਿੱਦਾਂ ਮੈਂ ਕਹਿੰਦਾ ਮੈਂ ਇੰਨੇ ਪੈਸੇ ਚਾਹੁੰਦਾ ਸੀ, ਜਦੋਂ ਮੈਨੂੰ ਫਿਰ ਮੇਰਾ ਛੋਟਾ ਭਰਾ ਕਮਲ ਗੋਪਾਲ ਆਇਆ, ਉਹਨਾਂ ਨੂੰ ਕਿਹਾ ਤਾਂ ਮੈਂ ਵੀ ਤੂੰ ਕਹਿਣਾ ਮੰਨ ਲਿਆ। ਹਾਂਜੀ ਹਾਂਜੀ, ਅਤੇ ਉਹ ਕਮਲ ਗੋਪਾਲ ਆ ਜੀ, ਉਹ ਵੀ ਉਹਨਾਂ ਦੇ ਉੱਥੇ ਕਬੂਤਰ ਜਾ ਕੇ ਸਾਈਨ ਕਰਵਾ ਕੇ ਲਿਆ ਸੀ ਐਗਰੀਮੈਂਟ ਦੀ। ਅੱਛਾ ਅੱਛਾ, ਠੀਕ ਹੈ ਜੀ। ਫਿਰ ਚਲੋ ਇੰਨਾ ਸਭ ਕੰਪਨੀਆਂ ਨੂੰ ਤਾਂ ਕਹਿੰਦੇ ਹੀ ਸੀਗੇ ਵੀ ਥੋੜ੍ਹਾ ਜਿਹਾ ਜਾਣੀ ਜੇ ਆਉਣਾ ਇਹ ਤੁਹਾਡੀ 30 ਸੈਕਿੰਡ ਤੁਸੀਂ ਗੱਲ ਦੱਸੋ ਕਿ ਤਾਂ ਮੈਂ ਚੂੜੀ ਕਿੱਦਾਂ ਕਹਿ ਲਓ ਪੰਜਾਬੀ। ਅੱਛਾ ਜੀ, ਹੈ ਨਾ, ਵੀ ਬਾਅਦ 'ਚੋਂ ਪਹਿਲੇ ਮਚਾ ਗਿਆ ਅਤੇ ਆਪਾਂ ਤਾਂ ਬਹੁਤਾ ਰੌਲਾ ਨਹੀਂ ਪਾਇਆ। ਅੱਛਾ ਜੀ, ਬਈ ਐਡਾ ਵੱਡਾ ਮੌਕਾ ਮਿਲਿਆ, ਬਿਲਕੁਲ ਜਿਵੇਂ ਬਾਈ ਜੀ ਤੁਹਾਨੂੰ ਐਡਾ ਵੱਡਾ ਮੌਕਾ ਮਿਲਿਆ ਸੀ, ਹੈ ਨਾ, ਤੁਹਾਨੂੰ ਕਿਤੇ ਕਿਤੇ ਲੱਗਦਾ ਨਹੀਂ ਵੀ ਇਹ ਸਾਂਭਿਆ ਨਹੀਂ ਗਿਆ ਬਾਅਦ ਦੇ ਵਿੱਚ, ਵੀ ਇੱਕ ਗਾਣਾ ਬਾਲੀਵੁੱਡ ਦੇ ਵਿੱਚ ਆਇਆ, ਬਾਅਦ ਦੇ ਵਿੱਚ ਵੀ ਤੁਹਾਡੀ ਜਿੰਨਾ ਇੰਨਾ ਨਾਮ ਬਣ ਗਿਆ ਸੀ ਗਾਣੇ ਨਾਲ, ਅਮਰ ਅਰਸ਼ੀ ਦਾ ਬਾਲੀਵੁੱਡ ਤੱਕ ਨਾਮ ਪਤਾ ਲੱਗ ਗਿਆ, ਬਿਲਕੁਲ ਜੀ, ਕੀ ਕਾਰਨ ਰਿਹਾ ਕਿ ਤੁਹਾਡਾ ਦੁਬਾਰਾ
ਇਹ ਬਸ ਸਾਡੀ ਆਪਣੀ ਕਮਜ਼ੋਰੀ ਕਹਿ ਸਕਦੇ ਹਾਂ। ਹਾਂਜੀ, ਉਸ ਵੇਲੇ ਤਾਂ ਅਮਰਾਰ ਸਾਹਿਬ ਇੱਦਾਂ ਸੀ, ਲੋਕ ਵਧਾਈਆਂ ਦਿੰਦੇ ਵੀ ਤੂੰ ਫਲਾਨੇ ਕਲਾਕਾਰ ਦੀ ਜਗ੍ਹਾ ਲੈ ਲਈ, ਫਲਾਨੇ। ਹਾਂਜੀ ਹਾਂਜੀ ਬਿਲਕੁਲ। ਅਤੇ ਇਹ ਵੀ ਸੀ ਫਿਰ ਗੱਲ ਪੈਸਿਆਂ 'ਤੇ ਆ ਗਈ ਉਸ ਤੋਂ ਬਾਅਦ। ਅੱਛਾ ਜੀ, ਚਲੋ ਉਦੋਂ ਤਾਂ ਆਪਾਂ ਮੰਨ ਗਏ, ਹੁਣ ਸਾਰਿਆਂ ਨੇ ਕਿਹਾ ਹੁਣ ਤਾਂ ਤੇਰਾ ਗਾਣਾ ਹਿੱਟ ਹੋ ਗਿਆ। ਹਾਂਜੀ, ਉਹ ਵੀ ਕਹਿੰਦਾ ਤੂੰ 40 ਲੱਖ ਮੰਗ, ਕੋਈ ਕਹਿੰਦਾ 90 ਲੱਖ ਮੰਗ। ਅੱਛਾ, ਮੈਨੂੰ ਦੋ ਹੀ ਔਫਰ ਆ ਗਏ ਸੀ। ਅੱਛਾ, ਹਾਂਜੀ ਉਦੋਂ। ਅਤੇ ਫਿਰ ਅਸੀਂ ਸਲਾਹ ਕੀਤੀ ਬੈਠ ਕੇ, ਹੋ ਸਕਦਾ ਕਹਿੰਦੇ ਤੁਸੀਂ ਕਾਹਲੇ ਨਾ ਪਾਓ, ਕਹਿੰਦੇ ਗਾਣਾ ਇੰਨਾ ਤੁਹਾਡਾ ਵੱਜ ਰਿਹਾ। ਅੱਛਾ ਜੀ, ਉਹ ਫਿਰ ਕਰਦੇ ਕਰਦੇ ਫਿਰ ਉਹਨੇ ਮਤਲਬ 5-7 ਵਾਰੀ ਬੜਾ ਉਹਨੇ ਸਾਨੂੰ ਕਿਹਾ ਵੀ ਦੇਖ ਲਓ ਗਾਣਾ ਚੱਲ, ਦੱਸੋ ਕਿਤੇ ਥੋੜ੍ਹੇ ਜਿਹੇ ਥੱਲੇ ਮਾ ਲਿਓ, ਸੈਟਲ ਜੇ ਕਰ ਲਈਏ। ਅੱਛਾ ਅੱਛਾ, ਸਹੀ। ਅਤੇ ਅਸੀਂ ਸੈਟਲ ਜੇ ਕਰਦੇ, ਕਿਸੇ ਇੱਕ ਦੋ ਸਲਾਹ ਨਹੀਂ ਬੰਦੇ ਦੀ, ਉਹ ਕਹਿੰਦੇ ਨਹੀਂ ਯਾਰ ਤੁਹਾਨੂੰ ਕੋਈ ਅੱਡ ਹੋ ਜਾਓ, ਉਹ ਥੋੜ੍ਹੀ ਗੱਲ ਠੁਕਰਾ ਤਾ ਸੀ ਜੀ ਆਪਣੀ ਗੱਲ। ਉਹ ਤੁਸੀਂ ਜਿਹੜੇ ਚੰਡੀਗੜ੍ਹ ਚਲੇ ਗਏ ਉਹ ਵੀ ਤੁਹਾਡੀ ਖਬਰ ਮਿਲੀ ਸੀ? ਹਾਂਜੀ ਹਾਂਜੀ, ਉਹ 2 ਸਾਲ ਤਾਂ ਸਾਡੇ ਉੱਧਰ ਹੀ ਲੰਘ ਗਏ ਜੀ। ਅੱਛਾ ਜੀ, ਉਹਨਾਂ ਬੰਦਿਆਂ ਨੇ ਰਹਿ ਦਿੱਤੀ ਸੀ ਵੀ ਨਹੀਂ ਤੁਸੀਂ ਰੁਕ ਜਾਓ ਜਾਂ ਕੀ ਗੱਲ ਸੀ? ਅੱਛਾ, ਉਹ ਲੱਗ ਸੀ ਬਹੁਤ ਵੱਡੀ ਕੰਪਨੀ ਤੋਂ, ਹੁਣ ਚਲੋ ਕੰਪਨੀ ਦਾ ਨਾਮ ਨਹੀਂ ਲੈ ਰਿਹਾ। ਅੱਛਾ ਜੀ, ਉਹ ਲੱਗ ਸੀਗਾ। ਹਾਂ, ਉਹ ਕਹਿੰਦੇ ਸੀ ਸਾਡੇ ਨਾਲ ਤੁਸੀਂ 2 ਸਾਲ ਦਾ ਆਪਣੇ 3 ਸਾਲ ਦਾ ਐਗਰੀਮੈਂਟ ਕਰੋ। ਅੱਛਾ ਜੀ, ਤੁਹਾਡਾ ਰਹਿਣ ਸਹਿਣ ਦਾ, ਤੁਹਾਡੇ ਕੱਪੜੇ ਲੀੜੇ ਦਾ, ਗੱਡੀ ਕਿਹੜੀ, ਤੁਹਾਨੂੰ ਕਹਿੰਦਾ ਜਿੱਦਾਂ ਫਿਰ ਕਰ ਦੇਗਾ ਆਪਣੀ ਸਰ। ਅੱਛਾ ਜੀ, ਸਾਰਾ ਕੁਝ ਬੜਾ ਕਰੋ ਨਹੀਂ ਦੱਸਿਆ। ਜਦੋਂ ਗੱਲ ਪੈਸੇ 'ਤੇ ਆਈ ਵੀ ਪੈਸੇ ਕਿੰਨੇ ਦਓਗੇ, ਉਹ ਕਹਿੰਦੇ ਤੁਹਾਤੋਂ ਕਮਾ ਕੇ ਤੁਹਾਡਾ ਆਪਾਂ ਕਰਾਂਗੇ। ਅੱਛਾ, ਉਹ ਮੈਂ ਥੋੜ੍ਹੇ ਜਿਹੇ ਕਿਤੇ ਲੈ ਕੇ ਬੈਠਾ ਸੀ, ਉਹਦੇ ਕਰਕੇ ਫਿਰ ਸਮਾਂ ਉਹ ਵੀ ਜਾਣਾ। 2 ਸਾਲ ਜਿਹੜਾ ਉਹ ਕਾਫੀ ਸਰੋਤੇ ਪੁੱਛਦੇ ਵੀ ਰਹਿੰਦੇ ਵੀ ਥੋੜ੍ਹਾ ਗੈਪ ਕਿਉਂ ਪਿਆ, ਕਿਉਂ ਨਹੀਂ ਗਾਣੇ ਆਏ? ਬਸ ਇਹਨਾਂ ਕਰ ਗਾਣੇ ਬੜੇ ਲੋਕਾਂ ਨੇ ਰਿਕਾਰਡ ਕੀਤੇ ਆ, ਜਾਨੀ ਇਹ ਨਹੀਂ ਪਤਾ ਵੀ ਕਿੱਦਾਂ ਕੱਲ੍ਹ ਕੋਈ ਰੱਬਾ ਨੂੰ ਵਜੇ। ਬਾਲੀਵੁੱਡ ਵਿੱਚ ਵੀ ਕੋਈ ਆ ਰਿਹਾ ਜੀ ਆਪਣਾ ਅੱਗੇ? ਹਾਂਜੀ ਬਿਲਕੁਲ, ਆ ਹੁਣ ਵੀ ਮੇਰੇ ਕੋਲ ਐਗਰੀਮੈਂਟ ਆਇਆ ਹੋਇਆ 25-30 ਪੇਪਰਾਂ ਦਾ। ਸੋ ਭੈਣੇ ਤੁਸੀਂ ਹੁਣ ਦੱਸੋ, ਆਪਣੇ ਮੇਰੇ ਬਾਈ ਨਾਲ ਬਹੁਤ ਗੱਲਾਂ ਕਰ ਲਈਆਂ, ਤੁਸੀਂ ਦੱਸੋ ਵੀ ਤੁਹਾਨੂੰ ਮਤਲਬ ਸ਼ੁਰੂ ਤੋਂ ਸ਼ੌਂਕ ਸੀ ਜਿਵੇਂ ਗਾਉਣ ਦਾ, ਹੈ ਨਾ? ਸੋ ਘਰਦਿਆਂ ਦੀ ਫੁੱਲ ਸਪੋਰਟ ਰਹੀ, ਘਰਦਿਆਂ ਨੇ ਨਹੀਂ ਰੁਕਿਆ ਵੀ ਜਿੱਦਾਂ ਆਪਾਂ ਦੇਖਦੇ ਪਿਛਲੇ ਸਮੇਂ ਦੇ ਵਿੱਚ ਕੁੜੀਆਂ ਨੂੰ ਰੋਕ ਦਿੰਦੇ ਸੀ ਵੀ ਇਹ ਕੰਮ ਨਹੀਂ ਕਰਨ ਵਾਲੇ, ਹੈ ਨਾ? ਕਿੰਨੀ ਕੁ ਫੈਮਿਲੀ ਤੁਹਾਨੂੰ ਕਿੰਨੀ ਕੁ ਸਪੋਰਟ ਰਹੀ ਜੀ? ਫੈਮਿਲੀ ਦੀ ਸਪੋਰਟ ਨਹੀਂ ਸੀ, ਫੈਮਿਲੀ ਬਿਲਕੁਲ ਪਸੰਦ ਨਹੀਂ ਕਰਦੀ ਸੀ। ਅੱਛਾ ਜੀ, ਇਸ ਲਾਈਨ ਵਿੱਚ ਜਾਣਾ ਠੀਕ ਹੈ ਜੀ? ਇਹ ਤਾਂ ਫਿਰ ਜਿਹੜਾ ਹੁਣ ਮੈਨੂੰ ਜ਼ਿਆਦਾ ਸ਼ੌਂਕ ਸੀ। ਅੱਛਾ ਜੀ, ਰੁਕਦੇ ਸੀ, ਫੋਟਦੇ ਵੀ ਸੀ। ਅੱਛਾ, ਪਰ ਮੈਂ ਮੰਨਦੀ ਨਹੀਂ ਸੀ, ਮੈਂ ਕਹਿੰਦੀ ਸੀ ਨਹੀਂ ਨਹੀਂ ਮੈਂ ਤੇ ਸਿੰਗਿੰਗ ਕਰਨੀ ਹੈ। ਠੀਕ ਹੈ ਜੀ, ਆਪਣੀ ਮਰਜ਼ੀ ਨਾਲ, ਆਪਣੇ ਸ਼ੌਂਕ ਦੇ ਨਾਲ ਫਿਰ। ਠੀਕ ਹੈ ਜੀ, ਹੁਣ ਮਤਲਬ ਫੈਮਿਲੀ ਖੁਸ਼ ਹੈ ਜੀ? ਹਾਂਜੀ, ਹੁਣ ਸਾਰੇ ਠੀਕ ਆ, ਫਿਰ ਬਾਅਦ ਚ ਤਾਂ ਹੋਈ ਜਾਂਦਾ ਤੁਹਾਨੂੰ ਪਤਾ ਹੀ ਹੈ। ਹਾਂਜੀ ਹਾਂਜੀ, ਪਹਿਲਾਂ ਹੁੰਦਾ ਹੈ ਕਿ ਕੁੜੀਆਂ ਲਈ ਇਹ ਚੰਗਾ, ਥੋੜਾ ਜਿਹਾ ਔਖਾ ਹੋ ਜਾਂਦਾ, ਬਾਕੀ ਥੋੜਾ ਡਰ ਵੀ ਹੁੰਦਾ ਵੀ ਪਤਾ ਨਹੀਂ ਕਿਹੋ ਜਿਹਾ ਕੋਈ ਬੰਦਾ ਮਿਲਣਾ, ਕੀ ਗੱਲਬਾਤ ਹੈ, ਜੇ ਨਾ ਮੈਰਿਜ ਹੋ ਗਈ ਆ ਆਪਣੀ ਲਾਈਫ ਆ, ਚਲੋ ਉਹਨਾਂ ਨੂੰ ਵੀ ਕੋਈ ਟੈਨਸ਼ਨ ਨਹੀਂ ਹੈਗੀ, ਇਸ ਕਰਕੇ ਵਧੀਆ। ਠੀਕ ਹੈ ਜੀ, ਸੋ ਬਾਈ ਜੀ ਕਦੇ ਫਿਲਮ ਬਾਰੇ ਨਹੀਂ ਸੋਚਿਆ ਜੀ? ਜਿਵੇਂ ਅੱਜ ਕੱਲ੍ਹ ਸਿੰਗਰ ਹਰ ਕੋਈ ਕਹਿੰਦਾ ਵੀ ਫਿਲਮਾਂ ਦੇ ਵਿੱਚ, ਹੈ ਨਾ, 2 ਗਾਣਿਆਂ ਤੋਂ ਬਾਅਦ ਹੀ ਫਿਲਮਾਂ 'ਚ। ਬਿਲਕੁਲ ਜੀ, ਅਤੇ ਤੁਸੀਂ ਜੋ ਇੰਨਾ ਲੰਬਾ ਸਮਾਂ ਕੱਢਿਆ, ਤੁਸੀਂ ਨਹੀਂ ਕਦੇ ਫਿਲਮਾਂ ਦਾ ਸੋਚਿਆ? ਨਹੀਂ, ਫਿਰ ਵੀ ਪਹਿਲਾਂ ਦੀ ਗੱਲ ਵੀ ਕਰਦੇ, ਪਹਿਲਾਂ ਵੀ ਨਹੀਂ ਕਦੇ ਸੋਚਿਆ ਸੀ? ਉਸ ਸਮੇਂ ਵੀ ਜਿਹੜੇ ਕਲਾਕਾਰ ਸੀ ਜਿਵੇਂ ਹੁਣ ਸੁਰਿੰਦਰ ਸ਼ਿੰਦਾ ਜੀ ਹੋਰੀ ਹੋ ਗਏ, ਨਾ? ਹਾਂਜੀ ਬਿਲਕੁਲ ਜੀ, ਉਦੋਂ ਜਿੱਦਾਂ ਮੈਨੂੰ ਕਹਿ ਵੀ ਰਹੇ ਸੀ ਅਮਰੀਕਾ ਤੋਂ, ਜਿੱਦਾਂ ਗਾਣੇ ਬਾਰੇ ਕਹਿ ਰਿਹਾ ਸੀ ਉਹ ਵੀ ਇੱਦਾਂ, ਜਿੱਦਾਂ ਮੇਰੇ ਡਾਇਰੈਕਟਰ ਸੀ ਐਸ ਐਸ ਸਮੀਤ, ਇਸ ਟਾਈਮ ਉਹ ਅਮਰੀਕਾ ਦੇ ਵਿੱਚ ਹੈ ਜਿੱਦਾਂ। ਅੱਛਾ ਜੀ, ਅਤੇ ਫਿਰ ਕਰਦੇ ਕਰਦੇ ਕਿੱਦਾਂ ਫਿਰ? ਠੀਕ ਹੈ ਜੀ, ਫਿਰ ਮਤਲਬ ਐਕਟਿੰਗ ਦਾ ਤੁਹਾਨੂੰ ਸ਼ੌਂਕ ਨਹੀਂ ਸੀਗਾ? ਨਹੀਂ ਜੀ, ਨਹੀਂ ਜੀ, ਬਸ ਗਾਉਣ ਦਾ, ਮੈਂ ਤਾਂ ਦੱਸਿਆ ਤੁਹਾਨੂੰ ਪਹਿਲਾਂ, ਜ਼ਿਆਦਾ ਤਾਂ ਮੈਂ ਰਾਈਟਰ ਸੀਗਾ। ਅੱਛਾ ਜੀ, ਗਾਉਣ ਦਾ ਰਾਈਟਰ ਲਿਖਣ ਦਾ ਸ਼ੌਂਕ ਸੀ, ਜਿੱਦਾਂ ਮੈਂ ਤੁਹਾਨੂੰ ਦੱਸ ਰਿਹਾ ਨਾਰ ਮਰੂਤੀ ਵਰਗੀ ਟੇਪ ਦਾ ਨਾ। ਅੱਛਾ, ਉਦੋਂ ਮੈਂ ਪਹਿਲਾਂ ਗਾਣਾ ਲਿਖਿਆ ਸੀ ਛੱਡ ਨਾਰ ਮਰੂਤੀ ਵਰਗੀ, ਵੇਖ ਮੈਂ ਚੱਟ ਲਗਾਉਂਦਾ ਤੂੰ। ਅੱਛਾ, ਇੱਕ ਹੋਰ ਗਾਣਾ ਸੀਗਾ, ਕਹਿੰਦੀ ਉਸ ਖੁੰਡੇ ਆਸ਼ਕ ਦਾ ਚੰਡ ਰੰਬੇ ਵਾਂਗੂ ਕੱਢਣਗੇ, ਇੱਦਾਂ ਕਾਫੀ ਗਾਣੇ ਜਿੱਦਾਂ ਮੈਂ, ਤੁਸੀਂ ਜੇ ਆਪ ਹੀ ਲਿਖ ਕੇ ਜਿੰਨੇ ਵੀ ਗਾਣੇ ਆਪ ਹੀ ਗਾਏ ਆ ਉਹ? ਨਹੀਂ, ਇੱਧਰ ਗਾਣੇ ਮੈਂ ਕਈ ਚੱਕਰ ਸੀਗੇ ਜਿੱਦਾਂ ਅੱਗੇ ਆਉਣ ਦੇ ਲਈ। ਅੱਛਾ ਜੀ, ਕੁਛ ਜਿੱਦਾਂ ਜਿਵੇਂ ਡਾਇਰੈਕਟਰ ਲਿਖਦੇ ਸੀ, ਕੁਛ ਮੈਂ ਲਿਖਦਾ ਸੀਗਾ। ਠੀਕ ਹੈ ਜੀ, ਸੈਟਮੈਂਟ ਕਰ ਲਈ ਸੀ। ਠੀਕ ਹੈ ਜੀ ਬਾਈ, ਜਦੋਂ 88 ਦੇ ਵਿੱਚ ਮਾਹੌਲ ਵੀ ਕਾਫੀ ਪੰਜਾਬ ਦਾ ਖਰਾਬ ਰਿਹਾ, ਫਿਰ ਉਸ ਸਮੇਂ ਵੀ ਤੁਸੀਂ ਗਾਉਂਦੇ ਰਹੇ ਜਾਂ ਥੋੜਾ ਸਮਾਂ ਉਦੋਂ ਕੀ ਸੀ ਉਸ ਸਮੇਂ ਪ੍ਰੋਸੈਸ ਆ ਜੀ? ਸਮਾਂ ਤਾਂ ਬਾਕੀ ਜਦੋਂ ਮੁਸ਼ਕਿਲ ਆਣਾ ਸੀਗਾ। ਅੱਛਾ, ਡਰ ਨਹੀਂ ਲੱਗਦਾ ਸੀ ਕਦੇ ਵੀ? ਕੀ ਲੱਗਦਾ ਨਹੀਂ ਸੀ ਬਿਲਕੁਲ ਜੀ। ਕਿਉਂਕਿ ਤੁਸੀਂ ਤਾਂ ਜਿਨ੍ਹਾਂ ਦੇ ਬਹੁਤ ਨਾਲ ਰਹੇ ਹੋ, ਹੈ ਨਾ? ਬਿਲਕੁਲ ਜੀ, ਉਹਨਾਂ ਨਾਲ ਏਡੀ ਵੱਡੀ ਘਟਨਾ ਹੋਈ ਆ, ਸੋ ਕਦੇ ਨਾ ਕਦੇ ਘਰਦੇ ਵੀ ਰੋਕਦੇ ਹੋਣੇ ਆ ਵੀ ਰੋਕਦੇ। ਬਿਲਕੁਲ ਜੀ, ਬਹੁਤ। ਫਿਰ ਤੁਸੀਂ ਉਦੋਂ ਗਾਉਂਦੇ ਰਹੇ ਜਾਂ ਕਾਫੀ ਸਿੰਗਰਾਂ ਮਿਲਿਆ ਸੀ ਜਾਣਕਾਰੀ ਜਿਹੜੇ ਪੰਜਾਬ ਵਾਲੇ ਸੀਗੇ ਆਪਣੇ, ਉਹ ਬੰਬੇ ਚਲੇ ਗਏ ਸੀ ਉੱਥੇ? ਅੱਛਾ ਜੀ, ਤੁਸੀਂ ਫਿਰ ਇੱਥੇ ਗਾਉਂਦੇ ਰਹੇ, ਲਾਉਂਦੇ ਰਹੇ ਸੀ ਸ਼ੋਅ ਵਗੈਰਾ? ਜਿੰਨਾ ਕੱਪੜ ਉਸ ਟਾਈਮ ਚੱਲਦੇ ਚੱਲੀ ਜਾਂਦਾ ਸੀਗਾ। ਠੀਕ ਜੀ, ਡਰ ਤਾਂ ਹੁੰਦਾ ਸੀਗਾ ਜਿੱਦਾਂ? ਠੀਕ ਹੈ ਜੀ, ਹਾਂਜੀ, ਪਰ ਕਰੀ ਗਏ। ਠੀਕ ਹੈ ਜੀ, ਸੋ ਤੁਸੀਂ ਹੁਣ ਆਪਾਂ ਤੁਹਾਡੇ ਨਾਲ ਹੋਰ ਗੱਲਾਂ ਬਾਤਾਂ ਕਰਦੇ ਹਾਂ। ਤੁਸੀਂ ਹੁਣ ਜਿਹੜਾ ਮੈਂ ਤੁਹਾਨੂੰ ਸਵਾਲ ਪੁੱਛਿਆ ਸੀ ਵੀ ਤੁਸੀਂ ਇੱਕ ਦੂਜੇ ਬਾਰੇ ਆਪਾਂ ਦੇਖਣਾ ਕਿੰਨਾ ਕੁ ਜਾਣਦੇ, ਹੈ ਨਾ? ਸੋ ਭੈਣੇ ਲੜਨਾ ਨਹੀਂ ਬਾਈ, ਕਈ ਵਾਰੀ ਭਰਾ ਸਾਡੇ ਹੁੰਦੇ ਆ, ਕਈ ਵਾਰੀ
ਚਲੋ ਇਸ ਸੋਹਣੇ ਸੁਨੱਖੀ ਬਹੁਤ ਹੈ ਨਾ ਵਾਹਿਗੁਰੂ ਦੀ ਕਿਰਪਾ। ਹਾਂਜੀ ਕਿਉਂਕਿ ਗਾਇਕੀ ਦੇ ਨਾਲ ਨਾਲ ਜਿੱਦਾਂ ਅਸੀਂ ਤਾਂ ਪਹਿਲਾਂ ਤੂੰਬੀ ਫੜ ਕੇ ਸਿੱਧਾ ਗਾਉਣ ਵਾਲੇ ਸੀਗੇ। ਅੱਛਾ ਜੀ। ਇਹ ਨਾਲ ਫਿਰ ਨੱਚ ਲੈਂਦੇ ਵਧੀਆ। ਅੱਛਾ ਜੀ ਠੀਕ ਆ, ਦੋ ਹੋ ਗਏ ਠੀਕ ਹੈ। ਤੀਜਾ ਜੀ? ਤੀਜਾ ਗੁਣ ਇਹ ਸੀ, ਚਲੋ ਮੈਨੂੰ ਵੀ ਕੁੜੀ ਪੱਕੀ ਚਾਹੀਦੀ ਸੀ ਉਸ ਟਾਈਮ। ਅੱਛਾ ਸਮਝ ਲੈ ਠੀਕ ਹੈ ਜੀ। ਹੁਣ ਤੁਸੀਂ ਤਿੰਨ ਮਾੜੇ ਗੁਣ ਦੱਸਣੇ ਜਿਹੜੇ ਤੁਹਾਨੂੰ ਨਹੀਂ ਪਸੰਦ ਗਏ, ਬਈ ਉਹਨਾਂ ਨੂੰ ਚੇਂਜ ਕਰਨੇ ਚਾਹੀਦੇ ਆ। ਇੱਕ ਤਾਂ ਹੁਣ ਨਹੀਂ ਦੱਸਣਾ ਪੈਣਾ, ਇਹ ਗੱਲ ਨੀ, ਹੁਣ ਤੁਸੀਂ ਤਿੰਨ ਗੁੱਸਾ ਨੀ ਉਹ ਕਰਦੇ, ਕੋਈ ਗੱਲ ਨੀ, ਥੋੜਾ ਜਿਹਾ ਮਾੜੇ ਤੇ ਹੀ ਹੁੰਦੇ ਤੁਹਾਨੂੰ ਪਤਾ। ਹਰ ਲੇਡੀ ਚ ਇੱਕ ਵਹਿਸ਼ ਬਈ ਲੜੇ ਘੱਟ। ਅੱਛਾ 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 ਠੀਕ ਹੈ ਜੀ। ਕਿਉਂਕਿ ਬਾਈ ਹੁਣ ਸਾਡੇ ਸਟਾਰ ਇਹਨਾਂ ਨੂੰ ਫੋਨ ਫੂਨ ਆਉਂਦੇ ਰਹਿੰਦੇ ਆ ਨਾ, ਉਹ ਆਪਾਂ ਭੈਣ ਤੋਂ ਪੁੱਛਾਂਗੇ ਕੋਈ ਗੱਲ। ਹਾਂ ਠੀਕ ਹੈ ਜੀ। ਤੇ ਦੂਜਾ ਹੋਰ ਘੱਟ ਗਿਆ ਕਿਹੜਾ ਵੀ ਯਾਰ, ਲੜਦੇ ਲੜਦੇ ਠੀਕ ਨੀ, ਥੋੜੀ ਨੀ ਬਹੁਤਾ ਨੀ ਲੜਦੇ ਜਿਦਾਂ ਸਟਾਰ ਇਹੀ ਹੁੰਦੇ ਜੀ, ਸਟਾਰ ਥੋੜਾ ਲੇਟ ਹੀ ਹੁੰਦੇ, ਲੜਦੇ ਨੀ। ਅੱਛਾ ਠੀਕ ਹੈ ਜੀ। ਨਹੀਂ ਬਾਈ ਜ਼ਿਆਦਾ ਕਲੀਅਰ ਸੀ, ਜਲਦੀ ਜਲਦੀ ਦੱਸਦੀ, ਤੁਸੀਂ ਡਰਨਾ ਨੀ ਨਾ, ਸਹੀ ਸੀ ਦੱਸੋ। ਅੱਛਾ ਗੁੱਸਾ ਵੀ ਕਰਦੇ ਬਾਈ ਜੀ, ਦੇਖਣ ਚ ਲੱਗਦੇ ਨੀ ਵੈਸੇ ਗੁੱਸੇ ਵਾਲੇ। ਅੱਛਾ ਅੱਛਾ ਠੀਕ ਹੈ ਜੀ। ਦੂਸਰਾ ਫਿਰ ਤੁਹਾਨੂੰ ਤੀਜਾ ਜੀ? ਬਸ ਠੀਕ ਹੈ। ਅੱਛਾ ਜੀ, ਹੁਣ ਬਾਈ ਜੀ ਤੁਹਾਡੀ ਆਪਾਂ ਫੈਮਿਲੀ ਬਾਰੇ ਗੱਲ ਕਰਦੇ, ਤੁਸੀਂ ਬਹੁਤ ਸੋਹਣੇ ਜਵਾਬ ਦਿੱਤੇ, ਥੈਂਕ ਯੂ ਸੋ ਮਚ। ਸੋ ਇਹ ਵੀ ਇੱਕ ਫਨ ਪਾਰਟ ਆ ਨਾ ਜੀ। ਹੁਣ ਫੈਮਿਲੀ ਬਾਰੇ ਦੱਸੋ ਜੀ, ਆਪਣੀ ਫੈਮਿਲੀ 'ਚ ਕੌਣ ਕੌਣ ਆ ਜੀ? ਫੈਮਿਲੀ ਸਾਡੇ 10 ਬੇਟੇ ਆ। ਅੱਛਾ ਜੀ। ਵੱਡਾ ਬੇਟਾ ਆ ਲਵਪ੍ਰੀਤ। ਅੱਛਾ ਜੀ। ਛੋਟਾ ਲਵਪ੍ਰੀਤ। ਅੱਛਾ ਜੀ। ਉਹਦਾ ਜ਼ਿਆਦਾ ਪ੍ਰੀਤ ਨਾਮ ਵਰਤਦੇ ਆ। ਠੀਕ ਹੈ ਜੀ। ਛੋਟਾ ਇੱਕ ਉਸ ਤੋਂ ਛੋਟਾ ਆ, ਉਹਦਾ ਨਾਮ ਜੀ ਅਰਸ਼ਪ੍ਰੀਤ। ਠੀਕ ਹੈ ਜੀ। ਸੋ ਬੱਚਿਆਂ ਨੂੰ ਵੀ ਗਾਉਣ ਦਾ ਸ਼ੌਂਕ ਹੈ ਜੀ? ਵੈਸੇ ਜਿਹੜਾ ਤਾਂ ਸਭ ਤੋਂ ਵੱਡਾ ਬੇਟਾ ਨਾ। ਅੱਛਾ ਜੀ। ਤਕਰੀਬਨ ਹੁਣ ਤਾਂ ਕੀਬੋਰਡ ਵੀ ਉਹੀ ਪਲੇ ਕਰਦਾ ਸਾਡੇ ਨਾਲ। ਅੱਛਾ ਅੱਛਾ ਠੀਕ ਹੈ ਜੀ। ਸੋ ਆਪਾਂ ਨੂੰ ਉਮੀਦ ਆ ਵੀ ਗਾਣੇ ਸੁਣਨ ਨੂੰ ਮਿਲਣਗੇ ਉਹਨਾਂ ਦੇ ਵੀ। ਹਾਂਜੀ ਜੀ। ਸੋ ਬਾਈ ਜੀ, ਜਿੰਨਾ ਤੁਹਾਡਾ ਹੁਣ ਕਰੀਅਰ ਹੋਊਗਾ ਜਾਂ ਜਿੰਨਾ ਸਮਾਂ ਤੁਹਾਨੂੰ ਹੋਊਗਾ, ਕਿਉਂਕਿ ਤੁਸੀਂ ਸੰਤੁਸ਼ਟ ਹੋ ਵੀ ਵਾਕਈ ਜੋ ਸੋਚਿਆ ਸੀ ਉਹ ਮਿਲ ਗਿਆ, ਜਾਂ ਕਦੇ ਇਹਨਾਂ ਨੂੰ ਲੱਗਦਾ ਵੀ ਹਜੇ ਤੱਕ ਵੀ ਹੋਰ ਕੁਛ ਕਰਨਾ ਜਾਂ ਕਮੀ ਹੈ ਕਿਸੇ ਚੀਜ਼ ਦੀ? ਨਹੀਂ ਸਕਦੇ, ਬੰਦਰ ਨਾਲ ਤਾਂ ਮੁੱਕਦਾ ਨਹੀਂ ਜ਼ਿੰਦਗੀ ਦੇ ਵਿੱਚ। ਸਹੀ ਆ ਸਾਰਾ ਕੁਛ ਜੋ ਵੀ ਮਿਲ ਗਿਆ ਜੀ, ਕੋਈ ਆਪਾਂ ਬਹੁਤ ਗਰੀਬੀ ਚੋਟੇ ਜਿੱਥੇ ਤੱਕ ਪਹੁੰਚੇ, ਬਹੁਤ ਵਧੀਆ ਜੀ। ਤੇ ਹੁਣ ਅਸੀਂ ਇੱਕ ਤੁਹਾਡਾ ਫੇਵਰੇਟ ਗਾਣਾ ਜਿਵੇਂ ਕਾਲਾ ਚਸ਼ਮਾ ਉਹ ਜ਼ਰੂਰ ਸੁਣਾਓ ਜੀ। ਜ਼ਰੂਰ ਜੀ, ਕਿਉਂ ਨਹੀਂ? ਹਾਂਜੀ। ਤੇਰੇ ਨਾਂ ਦੀਆਂ ਧੁੰਮਾਂ ਪੈ ਗਈਆਂ ਤੂੰ ਚੰਡੀਗੜ੍ਹ ਤੋਂ ਆਈ ਨਹੀਂ, ਤੈਨੂੰ ਦੇਖ ਕੇ ਹੋ ਕੇ ਫਰਦੇ ਨੇ ਖੜਚੌਂਟਾਂ ਵਿੱਚ ਸਫਾਈ ਨਹੀਂ, ਠੋਡੀ ਤੇ ਕਾਲਾ ਤਿਲ ਕੁੜੀਏ, ਠੋਡੀ ਤੇ ਕਾਲਾ ਤਿਲ ਕੁੜੀਏ, ਜੋ ਤਾਗ ਚੰਨ ਦੇ ਟੁਕੜੇ ਤੇ ਤੈਨੂੰ ਕਾਲਾ ਚਸ਼ਮਾ, ਤੈਨੂੰ ਕਾਲਾ ਕਾਲਾ ਚਸ਼ਮਾ, ਤੈਨੂੰ ਕਾਲਾ ਚਸ਼ਮਾ ਜੱਚਦਾ ਏ, ਜੱਚਦਾ ਏ ਸੋਹਣੇ ਮੁਖੜੇ ਤੇ, ਤੈਨੂੰ ਕਾਲਾ ਚਸ਼ਮਾ ਜੱਚਦਾ ਏ, ਜੱਚਦਾ ਏ ਸੋਹਣੇ ਮੁਖੜੇ ਤੇ। ਬਹੁਤ ਵਧੀਆ ਬਾਈ ਜੀ, ਬਹੁਤ ਸੁਰੀਲੀ ਆਵਾਜ਼ ਆ। ਤੇ ਬਾਈ ਜੀ ਦੱਸੋ, ਤੁਹਾਡੇ ਨੈਕਸਟ ਪ੍ਰੋਜੈਕਟ ਬਾਰੇ ਦੱਸੋ ਸਾਨੂੰ, ਵੀ ਨਵੇਂ ਗਾਣੇ ਆ ਰਹੇ ਆ ਜਾਂ ਕਦੋਂ ਆ ਰਹੇ ਆ ਜੀ? ਹਾਂਜੀ, ਗਾਣੇ ਬੜੇ ਰਿਕਾਰਡ ਹੋਏ ਹੋ ਜਿੱਦਾਂ। ਠੀਕ ਹੈ ਜੀ। ਕਿਸੇ ਵੇਲੇ ਕੋਈ ਵੀ ਛੱਡ ਸਕਦਾ ਕੁਝ ਕੋਈ? ਠੀਕ ਹੈ, ਜਲਦੀ ਆਉਣਗੇ ਮਤਲਬ? ਬਿਲਕੁਲ, ਕੋਸ਼ਿਸ਼ ਤਾਂ ਇਹੀ ਹੈ, ਜਿੱਦਾਂ ਕਹਿ ਰਹੇ ਹੋ ਮੇਰੇ ਭਾਅ ਜੀ ਕੈਨੇਡਾ ਤੋਂ, ਉਹ ਵੀ ਕਹਿ ਰਹੇ ਰੈਡੀ ਵੀ ਆ ਗਾਣਾ। ਠੀਕ ਹੈ ਜੀ। ਹਾਂਜੀ ਹਾਂਜੀ, ਅਤੇ ਇਹ ਵੀ ਜਿੱਦਾਂ ਬੋਲੀਵੁੱਡ 'ਚ ਕਹਿ ਰਹੇ ਹੋ ਵੀ ਬਾਕੀ। ਠੀਕ ਹੈ ਜੀ। ਸੋ ਜੀ ਸਾਡੇ ਵੱਲੋਂ ਬੈਸਟ ਵਿਸ਼ੇਸ ਆ, ਤਰੱਕੀਆਂ ਕਰੋ, ਇਸੇ ਤਰ੍ਹਾਂ ਹੀ ਦਰਸ਼ਕਾਂ ਦਾ ਮਨੋਰੰਜਨ ਕਰਦੇ ਰਹੋ। ਵਾਹਿਗੁਰੂ ਜੀ ਤੁਹਾਨੂੰ ਲੰਬੀਆਂ ਉਮਰਾਂ ਬਖਸ਼ਣ ਜੀ। ਸੋ ਬਹੁਤ ਖੁਸ਼ੀ ਹੋਈ ਤੁਹਾਡੇ ਨਾਲ ਗੱਲਬਾਤ ਕਰਕੇ ਜੀ। ਸਤਿ ਸ਼੍ਰੀ ਅਕਾਲ ਜੀ।